ਅੰਜੀ ਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ এবੀਜੀ ਪੰਜਾਬੀ ਲੱਜ ਵਿੱਚ ਵੀਡੀਓ ਲੈ ਕੇ ਜਿਹਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਅੱਜ ਚੈਪਟਰ ਨੰਬਰ 12 ਚੀਕੂਚੀ ਮਰਚੀ ਦਾ ਦੂਸਰਾ ਪਾਰਟ ਜਿਹਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਨਾ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲੇ a very very fika del livello della carico della tolleranza e messa verify ਕਰਨਾ ਜਿਹੜਾ ਯਾਨੀ ਕਿ ਟੋਲਰੈਂਸਾ ਯਾਨੀ ਕਿ ਕਿੰਨਾ ਬਰਦਾਸ਼ ਕੀਤਾ ਜਾ ਸਕਦਾ ਹੈ ਓਵਰਲੋਡ ਕਿੰਨਾ ਬਰਦਾਸ਼ ਕੀਤਾ ਜਾ ਸਕਦਾ ਹੈ ਕਿਹੜੀ ਕਿਹੜੀ ਕੈਟਾਗਰੀ ਵਿੱਚ ਕਿਵੇਂ ਕਿਵੇਂ ਬਰਦਾਸ਼ ਕੀਤਾ ਜਾ ਸਕਦਾ ਹੈ ਠੀਕ ਹੈ ਇਹਦੇ ਵਿੱਚ ਇਹਦੇ ਤੋਂ ਇਲਾਵਾ ਕਾਂਸੀਕਵੈਂਜ਼ਾ ਦੇ ਲਕਾਸਪੋਸੋ ਬਰਾਕਾਰਿਕ ਓਵਰਲੋਡ ਹੋਣ ਦੀ ਸੂਰਤ ਵਿੱਚ ਕਿੰਤੇ ਆਜ ਬuktਨੇ ਪੈ ਸਕਦੇ ਨੇ ਸੋਵਰਾ ਕਾਰੀ ਕੋ ਸੈਂਚਨਾ ਦੀ ਜਿਹੜਾ ਓਵਰਲੋਡ ਹੋਣ ਕੇ ਉਹਨਾਂ ਨੂੰ ਕੀ ਸਜ਼ਾਵਾ ਵਗੈਰਾ ਹੋ ਸਕਦੀ ਨੇ ਇਹ ਤੋਂ ਇਲਾਵਾ ਫੀਸਾ ਜੀ ਉਹਦਾਂ ਮਾਰਚਿਆ ਰਿਪਰਟੇਸ਼ਨ ਯਾਨੀ ਕਿ ਮਜ਼ਬੂਤੀ ਨਾਲ ਬੱਜੇ ਵਗੈਰਾ ਹੋਵੇ ਅੰਬਿਲਾ ਜੀ ਉਹਦਾਂ ਮਾਰਚਿਆ ਵਗੈਰਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਪਾਲਿਤ ਵਗੈਰਾ ਇਹ ਉਹ ਇਸ ਤਰ੍ਹਾਂ ਦੇ ਬਾਰੇ ਜਿਹੜੇ ਕੁਐਸਚਨ ਨੇ ਸਾਰੀ ਚੀਜ਼ਾਂ ਅਸੀਂ ਕੋਸ਼ਿਸ਼ ਕਰਾਂਗੇ ਸਮਝਣ ਦੀ ਜੇ ਤੁਸੀਂ ਗਲਤ ਤਰੀਕੇ ਨਾਲ ਸਮਾਨ ਵਧਿਆ ਹੋਵੇਗਾ ਤਾਂ ਉਹ ਦਿਨ ਦੀ ਉਹ ਦਿਨ ਤੇ ਆਈ ਤੁਹਾਨੂੰ ਕਿਵੇਂ ਬuktਨੇ ਪਾਉਣਗੇ ਵੀ ਸਾਨੂੰ ਵੀ ਮਿਲੇਗਾ ਐਸੇ ਵੀਡੀਓ ਜਗ ਵੇਦਣੇ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਜੀ ਬਹੁਤ ਬਹੁਤ ਘਰ ਸ਼ੇਅਰ ਕਰੋ ਕਿ ਬਾਕੀ ਨੂੰ ਵੀ ਹੈਲਪ ਹੋ ਸਕੇ ਤਾਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਇਹ ਵੈਰੀਫਾਈ ਕਰਦਾ ਤੋਂ ਬਲੋਰੇ ਵੈਰੀਫਾਈ ਕਰਨਾ ਵੈਲਿਊ ਜਿਹੜੀ ਕਾਰੀ ਕੋ ਦੀ ਜ਼ਰਰ ਰੈਂਸ ਹਮੇਸ਼ਾ ਜਿਹੜੀ ਕਾਰੀ ਕੋ ਦੀ ਮੈਕਸਿਮਮ ਟੋਲਰੈਂਸ ਅਜਿਹਾ ਕਿ ਮੈਕਸਿਮਮ ਇਹ برداشت ਕੀਤਾ ਜਾ ਸਕਦਾ ਹੈ ਮੈਕਸਿਮਮ ਜਿਹੜਾ ਕਿ ਮਾਫ ਕੀਤਾ ਜਾ ਸਕਦਾ ਹੈ ਯਾਨੀ ਕਿ ਓਵਰਲੋਡ ਹੋਣਾ ਠੀਕ ਹੈ ਓਵਰ ਜਿੰਨਾ ਕਿ ਲੋਡ ਲੋਡ ਕਿੰਨਾ ਇਜਾਜ਼ਤ ਹੁੰਦੀ ਹੈ ਜਿੰਨਾ ਕਿ ਕਾਰਤਾਚਕਰਸ਼ਣ ਦੇ ਉੱਤੇ ਲਿਖਿਆ ਹੁੰਦਾ ਹੈ ਕਾਰਤਾਚਕਰ ਲਿਸ਼ੀ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਹੈ ਗੱਡੀ ਦਾ ਰਮ ਵਜ਼ਨ ਕਿੰਨਾ ਹੈ ਰਮੋਰ ਕਿਦੋਂ ਵਜ਼ਨ ਕਿੰਨਾ ਹੈ ਠੀਕ ਹੈ ਇਹਦੇ ਉੱਤੇ ਜੇ ਵਜ਼ਨ ਤੁਸੀਂ ਲੈ ਕੇ ਜਾਣਾ ਹੋਵੇ ਯਾਨੀ ਕਿ ਮੈਕਸਿਮਮ ਕਿੰਨਾ ਲੈ ਕੇ ਜਾ ਸਕਦੇ ਹੋ 5% ਲੇਕਿਨ ਉਹਦੇ ਵਿੱਚ ਬਹੁਤ ਜ਼ਿਆਦਾ ਇhtਿਆਤ ਕਰਨੀ ਹੈ ਸਾਵਧਾਨੀ ਵਰਤਣੀ ਕਿ ਉਹਦੇ ਵਿੱਚ ਤੁਸੀਂ ਜਿਹੜਾ ਓਵਰਲੋਡ ਲੈ ਕੇ ਜਾਂਦੇ ਹੋ ਤੇ ਤੁਹਾਡੇ ਕੋਲ ਸਮਾਨ ਜਿਹੜਾ ਖਤਰੇ ਵਾਲਾ ਸਮਾਨ ਹੈ ਨਾ ਜਿਹੜਾ ਠੀਕ ਹੈ ਜਿਹੜਾ ਓਵਰਲੋਡ ਤੁਸੀਂ ਨਹੀਂ ਲੈ ਕੇ ਜਾ ਸਕਦੇ ਵੀ ਠੀਕ ਹੈ ਐਸਿਡ ਵਗੈਰਾ ਪੈਟਰੋਲ ਬੰਬਲ ਗੈਸ ਜੀਪੀ ਗੈਸ ਜੀਪੀਐਲ ਵਗੈਰਾ ਇਹਦਾਂ ਚੀਜ਼ਾਂ ਤੁਸੀਂ ਟਰਾਂਸਪੋਰਟ ਜਿਹਨੇ ਮਰਚੀ ਪੈਰੀਕਲੋਸ ਹੋ ਜਿਹਨ ਸਮਾਨ ਖਤਰਨਾਕ ਹੋਵੇਗਾ ਇਹ ਤੁਸੀਂ 1% ਵੀ ਵੱਧ ਟਰਾਂਸਪੋਰਟ ਨਹੀਂ ਕਰ ਸਕਦੇ ਲੇਕਿਨ ਜਿਹੜਾ ਆਮ ਨਾਰਮਲ ਸਮਾਨ ਹੁੰਦਾ ਹੈ ਇਹਦੇ ਵਿੱਚ 5% ਤੱਕ ਦੀ ਮੈਕਸਿਮ ਗੁੰਜਾਇਸ਼ ਹੁੰਦੀ ਹੈ ਤੇ ਧਿਆਨ ਰੱਖਣਾ ਫੋਕਸ ਰੱਖਣਾ ਕਿ ਮਰਚੀ ਪੈਰੀਕਲੋਸ ਹੋਇਆ ਤਾਂ ਉਸ ਸੂਰਤ ਵਿੱਚ ਬਿਲਕੁਲ ਵੀ ਤੁਹਾਨੂੰ ਪਰਮਿਸ਼ਨ ਨਹੀਂ ਹੈ ਕੈਨ ਬੇ Dell ਜ਼ੋਵਰਾਕਾਰੀ ਗੋਦੀਨਾ ਵਿਕੋਲੋ ওভারਲੋਡ ਨਾ ਗੱਡੀ ਦਾ ਸੋਨੋ ਰਿਸਪੌਂਸਾਬਿਲੇ ਕੌਨ ਰਿਸਪੌਂਸਿਬਲ ਹੁੰਦਾ ਜੀ ਜੇ ওভারਲੋਡ ਹੋ ਵੀ ਗੋ ਰਿਸਪੌਂਸਿਬਲ ਹੋਵੇਗਾ ਰਿਸਪੌਂਸਾਬਿਲੀ ਕੰਦੂ ਜੈਂਤੇ ਡਰਾਈਵਰ ਰਿਸਪੌਂਸਿਬਲ ਹੈ ਸਭ ਤੋਂ ਪਹਿਲੇ ਠੀਕ ਹੈ ਜੀ ਈ ਪ੍ਰੋਪੀਟਾਰਿਓਰ ਮਾਲਕ ਜਿਹੜਾ ਠੀਕ ਹੈ ਜੀ ਇਹ Dell ਵਿਕੋਲੋ ਗੱਡੀ ਦਾ ਮਾਲਕ ਡਰਾਈਵਰ ਔਰ ਗੱਡੀ ਦਾ ਮਾਲਕ ਠੀਕ ਹੈ ਐਦ ਇਲ ਕੋਮਿਟੈਂਤੇ ਕੋਮਿਟੈਂਤੇ ਹੁੰਦਾ ਜਿਹੜਾ ਸਮਾਨ ਜਿਹਨੇ ਭੇਜਿਆ ਇਨੀ ਕਿ ਇਹ ਤ੍ਰੀਨ ਮੈਨ ਤਿੰਨ ਮਾਈਨ ਆਈਟਮ ਨੇ ਜਿਹੜੇ ਕਿ ਇਹ ਇਦੇ ਵਿੱਚ ਓਵਰਲੋਡ ਹੋਣ ਦੇ ਵਿੱਚ ਜਿਨ੍ਹਾਂ ਨੂੰ ਜੁਰਮਾਨੇ ਜਾਂ ਮੁੱਲ ਤੇ ਹੋ ਸਕਦੇ ਨੇ ਜਿਹੜੇ ਕਿ ਰਿਸਪੌਂਸੀਬਲ ਹੋਣਗੇ ਦਰਸ ਕਿੰ ਬੇਵਰੇਆ ਅਗਲਾ ਕਹਿੰਦੇ ਨੇ ਵੀ ਕੁਐਸਚਨ ਕੀ ਸੋਬਰਾ ਕਾਰੀ ਉਦਲਵੀ ਕੋਲ ਓਵਰਲੋਡ ਹੋਣਾ ਗੱਡੀ ਦਾ ਦੀ ਆਲਟ੍ਰੇਜਿਕ ਵੇਪਰ ਚੈਂਤੋ 5% ਤੋਂ ਬਾਅਦ ਦੈਲਾ ਮਾਸਾ ਕੰਪਲੇਸਿਵਾ ਪੈਨੋਕਾਰੀ ਕੋ ਜਿਹੜਾ ਮੈਕਸਿਮਮ ਵਜ਼ਨ ਜਿੰਨਾ ਜਾਇਜ਼ ਹੈ ਸਿਵਿਲ ਜਾਇਜ਼ ਹੈ ਕੰਪੋਰਟਾ ਸੈਂਸਿਓਨਾ ਸੈਂਸਿਓਮੈਂਟੋ ਡੈਲ ਪ੍ਰੋਪੀਟਾਰੀ ਡੈਲ ਵਿਕੋਲੋ ਕਨੇ ਸ਼ਾਮਿਲ ਹੈ ਦੇ ਵਿੱਚ ਸੈਂਸਿਓਨਾਮੈਂਟੋ ਸਜ਼ਾ ਹੋਵੇਗੀ ਗੱਡੀ ਦੇ ਮਾਲਕ ਨੂੰ ਮਨ ਨਾ ਦੇ ਲਗੰਦੂਚਿਆਂ ਤੇ ਲੱਗੇ ਡਰਾਈਵਰ ਨੂੰ ਨਹੀਂ ਨਾਇਦ ਫਜ਼ੂਲ ਤਰੀਕ ਗਲਤ ਹੋ ਗਿਆ ਸਵਾਲ ਇਸੇ ਦੇ ਕਰਕੇ ਕਹਿੰਦੇ ਡਰਾਈਵਰ ਨਹੀਂ ਹੋਵੇਗੀ ਅਸੀਂ ਉੱਤੇ ਪੜ ਕੇ ਆਏ ਹਾਂ ਇੱਕ ਨੰਬਰ ਤੇ ਡਰਾਈਵਰ ਨੂੰ ਦੂਜੇ ਨੰਬਰ ਤੇ ਮਾਲਕੀਦਾਰ ਇੰਤੀਜੇ ਨੰਬਰ ਕੋ ਮਿੰਦੇ ਆਂਦੇ ਨੂੰ ਠੀਕ ਹੈ ਜਿਹੜਾ ਪੇਜਣ ਵਾਲਾ ਇਸ ਕਰਕੇ ਇਹ ਕਹਿੰਦੇ ਮਾਲਕ ਨੂੰ ਹੋਵੇਗੀ ਸੈਂਸ਼ਨਾਮਾ ਇਹ ਤਾਂ ਹੋਵੇ ਹੀ ਸਦਾ ਹੋਵੇਗੀ ਲੇਕਿਨ ਡਰਾਈਵਰ ਨੂੰ ਨਹੀਂ ਗਲਤ ਹੋ ਗਿਆ ਸਵਾਲ ਕੁਐਸਚਨ ਫਾਲਸ ਹੋ ਆਈ ਕਨੇ ਬੇ ਨੋਨ ਹਮੇਸ਼ਾ ਨਹੀਂ ਜਾਸ ਹੈ ਅਲਕੂਨ ਤਰ ਰਹਿੰਦਾ ਕਿਸੇ ਵੀ ਕਿਸਮ ਦਾ ਬਹੁਤ ਦਬਾਰੀ ਕਿਸੇ ਵੀ ਕਿਸਮ ਦਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਭ ਰਾਕਾਰੀ ਕੋਵਰ ਲੋਡ ਪਿਰੀ ਟ੍ਰਾਂਸਪੋਰਟ ਤੋਂ ਦੀ ਬੰਬੋਲੇ ਬੰਬੋਲੇ ਜਿਹੜੇ ਗੈਸ ਦੇ ਸਿਲੰਡਰ ਵਗੈਰਾ ਹੁੰਦੇ ਨੇ ਦੀ ਗੈਸ ਜੀਪੀਐਲ ਦਰੋਸ ਕਿੰਬੇ ਵੇਰਾ ਗੈਸ ਜੀਪੀਐਲ ਜਿਹੜੇ ਬੰਬੋਲੇ ਹੋਣਗੇ ਗੈਸ ਜੀਪੀਐਲ ਦੇ ਸਿਲੰਡਰ ਹੋਣਗੇ ਯਾਰੀ ਗੱਲ ਹੈ ਖਤਨਾਗ ਗੁਟੇਲ ਵੀ ਜਾਂਦਾ ਉਹਦੇ ਵਿੱਚ ਕੋਈ ਵੀ ਤੋਲ ਰੈਂਦਾ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਠੀਕ ਹੈ ਉਹਦੇ ਵਿੱਚ 1% ਵੀ ਓਵਰ ਨਹੀਂ ਲੈ ਕੇ ਜਾ ਸਕਦੇ ਆ ਵੀ ਬੇਰ ਹੋ ਗਿਆ ਕਹਿੰਦੇ ਨੋ ਨਮੇਸੋ ਨੀ ਜਸੇ ਹਲਕੂ ਨਾ ਤੋਲ ਰਹਿੰਦਾ ਕਿਸੇ ਕਿਸਮ ਦਾ ਤੋਲ ਰੇ ਟੋਲਰੇਟ ਨਹੀਂ ਕੀਤਾ ਜਾਏਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ওভারਕਾਰੀ ਕੋਵਰ ਲੋਡ ਨੂੰ ਪਰ ਟ੍ਰਾਂਸਪੋਰਟੋ ਦੀ ਐਸੀਦੇ ਕਲੋਰੀਦ੍ਰੀਕੋ ਦੇਖੋ ਜੀ ਐਸੇ ਜਿਹੜੇ ਕਲੋਰੀਦ੍ਰੀਕੋ ਹੁੰਦੇ ਨਾ ਜਿਹਨਾਂ ਕਿ ਤਜ਼ਾਬ ਤਜ਼ਾਬ ਹੁੰਦੇ ਤਜ਼ਾਬਾਂ ਕਿਸਮਾਂ ਦੇ ਇਹਦੇ ਜੇ ਇਹ ਵੀ ਖਤਰਨਾਕ ਵੀ ਜਾਂਦਾ ਹੈ ਜ਼ਹਿਰੀ ਗੱਲ ਹੈ ਇਹਨੂੰ ਵੀ ਫਿਰ ਟੋਲਰੇਟ ਨਹੀਂ ਕੀਤਾ ਜਾਏਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਦਰਸ਼ਕਾਂ ਬੇਪੇਰ ਹੋਇਆ ਆਗੇ ਨੇ ਅਮੇਸਾ ਅਲਾਤੁਰ ਰੈਂਜ਼ਾ ਯਾਨੀ ਕਿ ਜਾਸਟ ਹੈ ਠੀਕ ਹੈ ਤਰ ਟੋਲਰੇਟ ਕਰਨ ਦੀ ਯਾਨੀ ਕਿ ਸੋਬਰਾ ਕਾਰੀ ਕੋ ਦਿਲ ਚਿਕ ਵੇਚ ਜਾਂ ਤੋਂ ਕਰਨ 5% ਹੋਇਆ ਤਾਂ ਯਾਨੀ ਕਿ ਟੋਲਰੇਟ ਕੀਤਾ ਜਾਏਗਾ ਯਾਨੀ ਕਿ 5% ਤੁਸੀਂ ਓਵਰਲੋਡ ਲੈ ਕੇ ਜਾ ਸਕਦੇ ਦਿਲ ਮਾਸਾ ਕੰਪਲੈਸਿਵਾ ਕਿਹੜਾ ਵਜ ਕਿਹੜਾ ਸਮਾਨ ਵੈਸੇ ਮਾਸਾ ਕੰਪਲੈਸਿਵਾ ਪੈਨੋ ਕਾਰੀ ਕੋ ਦਿਲ ਵਿਗੋਰੀ ਜਿਹੜਾ ਮਾਸਾ ਕੰਪਲੈਸਿਵਾ ਪੈਨੋ ਕਾਰੀ ਕੋ ਗੱਡੀ ਦੇ ਲੈ ਕੇ ਜਾ ਸਕਦੇ ਤਰ੍ਹਾਂ ਨੇ ਸਵਾਏ ਯਾਨੀ ਕਿ ਛੱਡ ਕੇ ਕੇਲ ਵੀ ਕੇ ਇਕੇ ਪਰ ਇਲ ਟ੍ਰਾਂਸਪੋਰਟੋ ਦੀ ਮਰਜੀ ਪੈਰੀਗਲੋਜ਼ੋ ਸਵਾਇ ਮਰਜੀ ਪੈਰੀਗਲੋਜ਼ੋ ਦੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਜੀ ਮਰਜੀ ਪੈਰੀਗਲੋਜ਼ੋ ਨੂੰ ਲੈ ਕੇ ਜਾਦੇ ਬਾਕੀ ਸਾਰਾ ਕੋਈ ਵੀ ਸਮਾਨ ਜਿ ਕੋਈ ਵਰਮੈਟਰੀਅਲ ਹੋਵੇ ਤਾਂ ਉਹ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਓਵਰਲੋਡ ਹੋਵੇ ਤੇ ਵੇਰੋ ਓਵਰਲੋਡ ਕਿੰਨਾ ਪਰਸੈਂਟ ਮੈਕਸੀਮਮ 5 ਪਰਸੈਂਟ ਮਰਜੀ ਪੈਰੀਗਲੋਜ਼ੋ ਬਿਲਕੁਲ ਨਹੀਂ ਕਹਿੰਦੇ ਅਮੇਸੋ ਦੀ ਲਾ ਟੋਲਰੇਂਜ਼ਾ ਜਸਟ ਐ ਟੋਲਰੇਟ ਕਰਨੀ ਦੇ ਸੋ ਬਰਾਕਾਰੀ ਕੋਵਰਲੋਡ ਨੂੰ ਪਰ ਟ੍ਰਾਂਸਪੋਰਟੋ ਦੀ ਮਰਜੀ ਪੈਰੀਗਲੋਜ਼ੋ ਟ੍ਰਾਂਸਪੋਰਟ ਕਰਨ ਲਈ ਸਮਾਨ ਖਤਰਨਾਕ ਖਤਨਾਕ ਸਮਾਨ ਕਿਵੇਂ ਟੋਲਡਰ ਕਰ ਕੀਤਾ ਜਾਏਗਾ ਫਿਰ ਕਿ ਨਲੀਮਿਤੀ ਦਲਾ ਚੀਕ ਪਰਚੇਨ ਦੋ ਕਿ 5% ਵਿੱਚ ਹੈ ਦਲਾ ਮਾਸਾ ਕੰਪਲੈਸੀਓ ਪੈਨੋ ਕਾਰੀ ਕੋ ਦਰ ਵੀ ਗੋਲੀ ਜਿਹੜਾ ਮਾਸਾ ਕੰਪਲੈਸੀਓ ਪੈਨੋ ਕਾਰੀ ਕੋ ਨਾ ਗੱਡੀ ਦਾ ਉਹਦੇ ਵਿੱਚ 5% ਹੈ ਗਲਤੀ ਨੇ ਫਾਲਸ ਹੋਇਆ ਉਹਦੇ ਵਿੱਚ 5% ਨੂੰ ਪਰਮਿਸ਼ਨ ਨਹੀਂ ਹੁੰਦੀ ਕਿਰ ਕੇ ਫਾਲਸੋ ਕਿਉਂਕਿ ਕਿਹੜਾ ਵੈ ਮਰਚੀ ਪੈਰੀਕਲਸ ਹੋਇਆ ਨਾ ਮਰਚੀ ਪੈਰੀਕਲਸ ਤੁਹਾਨੂੰ ਪਹਿਲੀ ਦੱਸਿਆ ਸੀ ਕਿ ਨਨ ਪੇ ਪਰ ਉਹਨਾ ਹੱਤੋਂ ਕਰ ਇੱਕ ਟਰੱਕ ਜਿਹੜਾ ਹੈ ਮੇਜ਼ ਦੇ ਉਪਰਾ ਜਿਹੜਾ ਮੇਜ਼ੋ ਦੀ ਉਪਰ ਹੈ ਠੀਕ ਹੈ ਪਤਾ ਨਾ ਉਹ ਬਜਰੀ ਬਜਰੇਤਾ ਵਗੈਰਾ ਇਦਾਂ ਦੇ ਸਮਾਨ ਟਰਾਂਸਪੋਰਟ ਕਰਨੀ ਹੁੰਦਾ ਸਪੈਸ਼ਲ ਕੰਟਰੀ ਇੰਜੀਨੀਅਰ ਕਹਿੰਦੇ ਨੋਨ ਕੰਸਟ੍ਰਕਸ਼ਨ ਦੀ ਇਜਾਜ਼ਤ ਹੈ ਸੋਬਰਕਾਰੀ ਕੋ ਦਲ 3% ਤੋਂ 3% ਇਜਾਜ਼ਤ ਨਹੀਂ ਹੁੰਦੀ ਨੂੰ ਕਹਿੰਦੇ 3% ਇਜਾਜ਼ਤ ਨਹੀਂ ਹੁੰਦੀ ਦਲਸੂ ਮਾਸਾ ਕੰਪਲੈਸਿਵਾ ਪੇਨੋਕਾਰਿਓ ਕਹਿੰਦੇ ਮਾਸਾ ਕੰਪਲੈਸਿਵਾ ਪੇਨੋਕਾਰਿਓ ਨੂੰ 3% ਦੀ ਪਰਮਿਸ਼ਨ ਨਹੀਂ ਹੁੰਦੀ ਹੈ ਇਹ ਵੀ ਗਲਤ ਕਿਨੇ ਫਾਲਸ ਹੋਇਆ ਕਿਉਂ ਨਹੀਂ ਪਰਮਿਸ਼ਨ ਹੁੰਦੀ ਹੈ 5% ਦੀ ਪਰਮਿਸ਼ਨ ਹੁੰਦੀ ਹੈ ਠੀਕ ਹੈ 3% ਨਹੀਂ 5% ਦੀ ਪਰਮਿਸ਼ਨ ਹੁੰਦੀ ਹੈ ਠੀਕ ਹੈ ਇਸ ਕਰਕੇ ਕਿਉਂਕਿ ਮਰਚੀ ਪਰ ਗਲੋਸ ਹੋਵੇਗਾ ਫਿਰ ਨਜਾਜ਼ਾ ਹੈ ਆਦਰਵਾਇਜ਼ ਤੇ ਜਾ ਪਰਮਿਸ਼ਨ ਹੈ ਨਾ ਇਸ ਕਰਕੇ ਫਾਲਸ ਹੋ ਕਨੇਲਾ ਤੋਂ ਰਹਿਨ ਜਾ ਰਲੀਤੀ ਵਾਹਦ ਕਾਰੀ ਕੋ ਜਿਹੜਾ ਟੋਲ ਟੋਲਰੇਟ ਕੀਤਾ ਜਾਂਦਾ ਹੈ ਰਿਲੇਟਿਵ ਸਮਾਨ ਗਾੜੀ ਕੋ ਦੇ ਅਕੋਰਡਿੰਗ ਤੇ ਵੇ ਸਮਾਨ ਨਹੀਂ ਤੁਸੀਂ ਇਸ ਨੂੰ ਟ੍ਰਾਂਸਪੋਰਟ ਕਰਦੇ ਹੋ ਔਰ ਪਰ ਉਹਨਾ ਮੇਜ਼ੋ ਇੱਕ ਗੜੀ ਦਾ ਕੇਫੀ ਤੂ ਆਨੋ ਟ੍ਰਾਂਸਪੋਰਟੋ ਐਕਸੀਸ਼ਨਾਲ ਹੈ ਕਨੇ ਜਿਹੜੀ ਟ੍ਰਾਂਸਪੋਰਟੋ ਐਕਸੀਸ਼ਨਾਲ ਹੈ ਪਾਰੀਆ ਚ ਕੁਝ ਜਿੰਦ ਪੰਜ ਪਰਸੈਂਟ ਜਿਹੜੀ ਟ੍ਰਾਂਸਪੋਰਟੋ ਐਕਸੀਸ਼ਨਾਲੀ ਬੇਸਿਕਲੀ ਕੀ ਹੁੰਦਾ ਪਹਿਲੇ ਸਾਨੂੰ ਸਮਝਣਾ ਪਵੇਗਾ ਇਹ ਡਾਲਟਰ ਜਿਆ ਨਹੀਂ ਨਾ ਕੀਤਾ ਜਾਂਦਾ ਉਸ ਮਰਚੀ ਪੈਰੀ ক্লোਜ਼ ਹੋ ਨਹੀਂ ਕੀਤਾ ਜਾਂਦਾ ਲੇਕਿਨ ਇਹ ਤਾਂ ਮਰਚੀ ਪੈਜੀ ਕਰੋ ਦੀ ਗੱਲ ਗੱਲ ਨਹੀਂ ਕਰ ਰਹੇ ਇਹ ਤਾਂ ਨਵੀਂ ਗੱਲ ਹੋ ਰਹੀ ਹੈ ਕਿ ਜੈਸ਼ਨਾਰੀ ਦੀ ਇਹ ਟ੍ਰਾਂਸਪੋਰਟੋ ਜੈਸ਼ਨਾਲੇ ਹੁੰਦਾ ਜੀ ਜਿਹੜਾ ਕਿ ਪਹਿਲੀ ਐਗਜ਼ੈਂਪਲ ਮੈਂ ਤੁਹਾਨੂੰ ਦਿਆਂਗਾ ਲੰਬਾਈ ਦੇ ਵਿੱਚ ਲੰਬਾਈ ਦੇ ਵਿੱਚ ਪਿੱਛੇ ਤੇ ਕਿੰਨਾ ਸੀ ਲਟਕਾਸ ਕਿੰਨਾ 3% ਜਿੱਤਰੀ ਪ੍ਰਸੈਂਟ ਤੂੰ ਵੱਧ ਪਿੱਛੇ ਲੜਕੇ ਵਾਲ ਵਿਕੋ ਲੋ ਚ ਜੈਸ਼ਨਾਲੇ ਹੋ ਜਾਂਦੀ ਹੈ ਅ ਸੱਜੇ ਖਬੇ ਤਰੀ ਸੈਂਟੀਮੀਟਰ ਨੂੰ ਜੇ ਪੋਜੀਸ਼ਨ ਦੇ ਲੈ ਕੇ ਜੇ 3 ਸੈਂਟੀਮੀਟਰ ਤੋਂ ਵੱਧ ਲੂਚੇ ਪੋਜੀਸ਼ਨ ਦੇ ਲੈ ਕੇ ਸੱਜੇ ਖਬੇ ਲੜਕੇ ਹੋਵੇ ਸਮਾਨ ਨਿਕਲੇ ਉਹ ਬਾਹਰ ਉਹ ਵੀ ਹੋ ਜਣੇ ਵਿਕੋਲੀਚੇਸ਼ਨ ਵਾਲੇ ਉਤਰ ਨਿਕਲੇ ਆਵੇ ਜਿਆਦਾ ਵਿਕੋਲੀਚੇਸ਼ਨ ਵਾਲੇ ਅਗਲੀ ਸਾਈਡ ਦੇ ਜਿੱਥੇ ਪਰਮਿਸ਼ਨ ਨਹੀਂ ਹੁੰਦੀ ਜੇ ਅਗਲੀ ਸਾਈਡ ਦਾ ਨਿਕਲੇ ਆਵੇ ਸਮਾਨ ਸਪੋਰੋਜਨ ਤੇ ਹੋਇਆ ਹੋਵੇ ਤੇ ਵਿਕੋਲੀਚੇਸ਼ਨ आले ਹੋ ਜਾਂਦੀ ਏ ਠੀਕ ਹੈ ਜੀ ਇਹ ਹੋ ਗਿਆ ਸੀ ਸਪੋਰੋਜਨ ਤੇ ਲਈ ਸਪੋਰ ਕਾਰੀਕੋਸਪੋਰੋਜਨ ਤੇ ਹੋਵਦਾ ਠੀਕ ਹੈ ਜੀ ਯਾਨੀ ਕਿ ਬਾਹਰ ਜਿਹੜਾ ਨਿਕਲੇ ਆਉਂਦਾ ਵਧੇ ਆਉਂਦਾ ਗੱਡੀ ਤੋਂ ਠੀਕ ਹੈ ਲਿਮਟ ਤੋਂ ਬਾਅਦ ਜਦ ਲਿਮਟ ਤੋਂ ਬਾਅਦ ਹੁੰਦਾ ਉਹਨੂੰ ਕਰਨੇ ਚੇਸ਼ਨਾਲੀ ਗੱਡੀ ਹੋ ਗਈ ਹੈ ਹੁਣ ਇੱਥੇ ਚੇਸ਼ਨਾਲੀ ਦੇ ਮੌਕਾ ਗੱਲ ਕਰ ਰਹੇ ਜਿਹੜੀ ਗੱਡੀ ਹੁੰਦੀ ਹੈ ਜਿਹੜੀ ਓਵਰਲੋਡ ਦੇਖੋ ਇੱਕ ওভারਲੋਡ ਇੱਕ ਹੋਣੀਆਂ ਨੇ ਚਸ਼ਨਾਲੇ ਜਿਹੜੀਆਂ ਕਿ ਜਿੰਨਾ ਲਿਮਟ ਹੈ ਉਹਦੇ ਤੋਂ ਬਾਅਦ ਬਾਅਦ ਸਪਰਜਨਤੇ ਕੀਤਾ ਹੋਵੇ ਦੂਜੀਆਂ ਚਸ਼ਨਾਲੇ ਉਹ ਵੀ ਹੁੰਦੀਆਂ ਨੇ ਕਿ ਜਿੰਨਾਂ ਨੂੰ ওভারਲੋਡ ਕੀਤਾ ਜਾਏ ਯਾਨੀ ਕਿ ਜਿੰਨੀ ਕੈਪੈਸਿਟੀ ਉਹਦੇ ਤੋਂ ਵੱਧ ਉਹਦੇ ਤੇ ਲੋਡ ਪਾਇਆ ਜਾਏ ਉਹ ਵੀ ਅਚ ਵਿਕੋਲੀ ਚਸ਼ਨਾਲੇ ਹੁੰਦੀਆਂ ਨੇ ਜਦ ਵਿਕੋਲੀ ਅਚਸ਼ਨਾਲੇ ਆ ਠੀਕ ਹੈ ਤਾਂ ਫਿਰ ਉਹਦੇ ਲਈ ਕਿਹੜੀ ਲਿਮਟ ਰਹਿ ਗਈ ਫਿਰ ਐ ਗੱਡੀ ਚਸ਼ਨਾਲੇ ਉਹਦੇ ਲਈ ਕੋਈ ਲਿਮਟੀ ਹੁੰਦੀ ਫਿਰ ਠੀਕ ਹੈ ਉਹਨੂੰ ਸਪੈਸ਼ਲ ਸਿਕਿਉਰਿਟੀ ਦੇ ਵਿੱਚ ਕਈ ਵਾਰ ਸਕੋਰਤਾ ਉਹਦਣਾ ਚਾਹੀਦਾ ਹੁੰਦਾ ਠੀਕ ਹੈ ਸਪੈਸ਼ਲ ਸਪੈਸ਼ਲ ਪਰਮਿਸ਼ਨ ਵਗੈਰਾ ਚਾਹੀਦੀ ਹੁੰਦੀ ਹੈ ਲੇਕਿਨ ਉਹਦੇ ਲਈ ਕੋ 5% ਉਹਦੇ ਲਈ ਲਿਮਟ ਨਹੀਂ ਹੁੰਦੀ ਹੈ ਵੀ ਉਸ ਲੈਵਲ ਦੀ ਤਾਂ 5% ਦਾ ਤੋਂ ਕੋ ਮਸਲਾ ਨਹੀਂ ਆ ਵੀ ਕਿਹਨੇ ਟੋਲ ਰੈਂਡ ਵਾਲੀ ਦਿੱਤੀ ਵਧ ਰਕਾਰੀ ਕੋ ਜਿਹੜਾ ਟੋਲ ਰੈਂਡ ਹੁੰਦਾ ਰਿਲੇਟਿਵ ਕਾਰੀ ਕੋ ਦਿਨਾਲ ਅੰਬੇਜੋ ਦੀ ਅਫਿਟੋਆ ਰਿਪਰਟਸਪੋਰਟਾ ਚਿਚਨਾਲਾ ਟ੍ਰਾਂਸਪੋਰਟਾ ਚਿਚਨਾਲਾ ਨੂੰ ਟ੍ਰਾਂਸਪੋਰਟਾ ਚਿਚਨਾਲਾ ਦੀ ਗੱਲ ਨਹੀਂ ਹੋ ਰਹੀ ਨਾਰਮਲ ਗੱਡੀ ਦੀ ਗੱਲ ਹੋ ਰਹੀ ਹੈ ਟ੍ਰਾਂਸਪੋਰਟਾ ਚਿਚਨਾਲੇ ਉਹਦੇ ਵਿੱਚ ਓਵਰਲੋਡ ਵੀ ਆ ਕਈ 5% ਉਹ ਓਵਰ ਲੈ ਕੇ ਜਾ ਸਕਦੀਆਂ ਨਹੀਂ ਇਸ ਕਰਕੇ ਫਾਲਸ ਹੋਇਆ ਸਾਡਾ ਨੋ ਕੁਐਸਚਨ ਹੈ ਕਹਿੰਦੇ ਪਏ ਮਿਸੋ ਤਰਾਂ ਤੋਲ ਰਹਿਂਦਾ ਕਹਿੰਨੇ ਨੇ ਟੋਲਰੇਟ ਕਰਦੇ ਨੇ ਦਲਕ ਸੋਬਰਾ ਕਾਰੀ ਕੋ ਓਵਰ ਲੋਡ ਨੂੰ ਪੀਜ਼ੋ ਕੰਪਲੈਸਿਵੋ ਪੀਜ਼ੋ ਕੰਪਲੈਸਿਵੋ ਨੂੰ ਕਾਰੀ ਕੋ ਹਮੇ ਸੀ ਵਿਲੇਜ ਦਾ ਕਾਰੀ ਕੋ ਜਾਸਤ ਹੈ ਦੇਖੋ ਜੀ ਪੀਜ਼ੋ ਕੰਪਲੈਸਿਵੋ ਮਾਸਾ ਕੰਪਲੈਸਿਵੋ ਜਿਹੜਾ ਹੈ ਕਹਿੰਨੇ ਬਿਗੋਲੀ ਕੇ ਟ੍ਰਾਂਸਪੋਰਟ ਤਾਂ ਰਿਫਿਊ ਥੀ ਸੋਲੀਡਿਅਰਬਾਨੀ ਰੀਫਿਊਤੀ ਦੇਖੋ ਜੀ ਰਿਫਿਊਤੀ ਪੈਰੀਕਲੋਜ਼ ਹੋ ਵੀ ਹੁੰਦੀ ਹੈ ਠੀਕ ਹੈ ਜੀ ਜੇ ਰਿਫਿਊਤੀ ਪੈਰੀਕਲੋਜ਼ ਹੋਏਗੀ ਤਾਂ ਫਿਰ 5% ਦੀ ਪਰਮਿਸ਼ਨ ਹੋਵੇਗੀ ਕਦੀ ਵੀ ਨਹੀਂ ਹੋਣ ਲਗੀ ਇਸ ਕਰਕੇ ਇਹ ਵੀ ਗਲਤ ਕਿਨ ਫਾਲਸ ਹੋਇਆ ਕਹਿੰਦਾ ਇਹ ਅਮੈਸੋ ਲਾ ਤੁਲ ਰੈਂਜ਼ ਅਦਲਾ ਦੀ ਸੋਭਰਾਕਾਰੀ ਕੋਜਾਜ਼ਤਾ ওভারਲੋਡ ਟ੍ਰਾਂਸਪੋਰਟ ਕਰਨ ਦੀ ਪਰ ਟ੍ਰਾਂਸਪੋਰਟ ਉਹ ਬੈਂਜ਼ੀਨ ਆ ਟ੍ਰਾਂਸਪੋਰਟ ਕਰਨ ਲਈ ਬੈਂਜ਼ੀਨ ਆ ਪੈਟਰੋਲ ਇਹ ਤੇ ਪੈਟਰੋਲ ਦੀ ਗੱਲ ਹੋ ਰਹੀ ਕਿ ਤੇ ਜਾਜ਼ ਹੋਵੇਗੀ ਕਹਿੰਦਾ ਫਿਰ ਕਿ ਨਲ ਲਿਮਿਟੀ ਦੇ ਚੀਕ ਪਰਚਾਂਦੋ ਕਿ ਕਿ ਲਿਮਿਟ ਹੈਗੇ 5% ਦਲਾ ਮਾਸਾ ਕੰਪਲੈਕਸਿਵਾ ਪੈਨੋਕਾਰਿਕੋ ਮੇਸੀ ਬਿਲਦਲ ਵਿਗੋਲੀ ਜਿਹੜਾ ਮਾਸਾ ਕੰਪਲੈਕਸਿਵਾ ਪੈਨੋਕਾਰਿਕੋ ਜਰਾ ਜਾਜ਼ ਤੱਕ ਗੱਡੀ ਦੀ ਗਲਤੀ ਕਿਨ ਫਾਲਸ ਹੋਇਆ ਪਰਮਿਸ਼ਨ ਨਹੀਂ ਹੁੰਦੀ ਹੈ ਵੀ ਠੀਕ ਹੈ ਬੈਂਜ਼ੀਨ ਆ ਰਿਫਿਟੂ ਪੈਰੀਕਲੋਜ਼ੋ ਇਹ ਖਤਰਨਾਕ ਮਟੀਰੀਅਲ ਕੋਈ ਵੀ ਹੋਵੇਗਾ ਨਾ ਉਹਨੂੰ ਪਰਮਿਸ਼ਨ ਨਹੀਂ ਹੈ ਵੀ ਅ ਮੈਥੀ ਪੈਰੀਕਲੋਜ਼ੋ ਵੀ ਜਿਹੜਾ ਆਉਂਦਾ ਹੈ ਬਾਕੀ ਸਭਾਂ ਨੂੰ ਪਰਮਿਸ਼ਨ ਹੋ ਸਕਦੀ ਹੈ ਇਸ ਕਰਕੇ ਫਾਲਸ ਹੋਣ ਜੀ ਕਨਸੀਕੁਐਂਸ ਦਲਕਾਰਿਕੋ ਜਿਹੜੇ ਨਿਤਾਇਜ ਜੇ ਭੁਗਤਨੇ ਪੈਸੇ ਨੇ ਸੋਬਰਾਕਾਰੀ ਦਲ ਸੋਬਰਾਕਾਰੀ ਕੋ ਸਭ ਰਕਾਰੀ ਓਵਰਲੋਡ ਦੀ ਵਜ੍ਹਾ ਨਾਲ ਯਾਨੀ ਕਿ ਤੁਹਾਡੀ ਗੱਡੀ ਵਿੱਚ ਕੀ ਪ੍ਰੋਬਲਮ ਆ ਸਕਦੀ ਜੇ ਓਵਰਲੋਡ ਹੋਵੇ ਗੱਡੀ ਤੇ ਇਹ ਵੀ ਚੀਜ਼ ਸਮਝਣ ਵਾਲੀ ਨੇ ਕਹਿੰਦੇ ਮੈਂ ਇੱਕ ਨੰਬਰ ਕੁਐਸਚਨ ਹੈ ਕਹਿੰਦੇ ਸੋਬਰਾਕਾਰੀ ਉਦਰ ਵੀ ਗੱਲ ਓਵਰਲੋਡ ਨਾਲ ਗੱਡੀ ਇਨ ਚੀਜ਼ ਦੇ ਅਸਰ ਅੰਦਾਜ਼ ਪਰਭਾਵਿਤ ਕਰਦੀ ਹੈ ਸੋਲ ਐਫੀਸ਼ੀਐਂਸ ਆਦਲਾ ਸਸਪੈਂਸ਼ਨ ਹੈ ਐਫੀਸ਼ੀਐਂਸ ਆ ਜਿਹੜੀ ਕਾਰਗਰਦਗੀ ਹੁੰਦੀ ਹੈ ਕੰਮ ਕਰਨ ਦੀ ਸਸਪੈਂਸ਼ਨ ਅਸ਼ੋਕਰਾਂ ਦੀ ਕਹਿੰਦਾ ਉਹਨੂੰ ਪ੍ਰਭਾਵਿਤ ਅਸਰ ਅੰਦਾਜ਼ ਕਰੇਗਾ ਜਦ ਕਿ ਓਵਰਲੋਡ ਹੋਵੇ ਗੱਡੀ ਤੇ ਸਸਪੈਂਸ਼ਨ ਨੇ ਦੀ ਇੱਕ ਲਿਮਟ ਸੀਗੀ ਨਾ ਬਰਦਾਸ਼ਤ ਕਰਨ ਦੀ ਉਹ ਜਦ ਉਸ ਲਿਮਿਟ ਤੋਂ ਵੱਧ ਭਾਰ ਪੈ ਗਿਆ ਤੇ ਫਿਰ ਸਸਪੈਂਸ਼ਨ ਨੇ ਕਿਵੇਂ ਕੰਮ ਕਰਨਗੇ ਉਹਨਾਂ ਦੀ ਕਰਤੱਵਕੀ ਨੂੰ ਪ੍ਰਭਾਵਿਤ ਕਰੇਗਾ ਨਾ ਕੰਮ ਕਰਨ ਦੀ ਸ਼ਮਤਾ ਨੂੰ ਕੰਮ ਕਰਦੀ ਕਰਤੱਵਕੀ ਨੂੰ ਠੀਕ ਹੈ ਕਹਿੰਦੇ ਸੋ ਇਸੋਵਾਂ ਕਰਕੇ ਦਰ ਵੀ ਕੋ ਲੋ ਜਿਹੜਾ ਓਵਰਲੋਡ ਨਾ ਗੱਡੀ ਦਾ ਇਹ ਚੀਜ਼ ਅਸਰ ਅੰਦਾਜ਼ ਪ੍ਰਭਾਵਿਤ ਕਰਦਾ ਹੈ ਸੁਲ ਇਫੀਸ਼ੈਂਸ ਆਦਲ ਇੰਪੀਅੰਟ ਤੇ ਫਿਰ ਨਾਂ ਤੇ ਕਹਿੰਦੇ ਐਫੀਸ਼ੈਂਸ ਆ ਕਿ ਜਿਹੜੀ ਕਰਤੱਵਕੀ ਹੈਗੀ ਐਮਪੀਅੰਟ ਦੇ ਫਰਨ ਬ੍ਰੇਕਾਂ ਦੇ ਸਿਸਟਮ ਨੂੰ ਜਿਹੜੀ ਗੱਲ ਹੈ ਓਵਰਲੋਡ ਹੋਵੇਗੀ ਤੇ ਜਿਹੜੀ ਗੱਲ ਹੈ ਬ੍ਰੇਕਾਂ ਨੂੰ ਜਦ ਗੱਡੀ ਸਪੀਡ ਦੇ ਵਿੱਚ ਉਤਰਾਈ ਚੜਾਈ ਦੇ ਉੱਤੇ ਚੱ ਜੇ ਇਹ ਸਿੱਧੀ ਰੋਡ ਤੇ ਚੱਲ ਰਹੀ ਹੈ ਤਾਂ ਬ੍ਰੇਕਾਂ ਨੂੰ ਜਦ ওভারਲੋਡ ਹੋਵੇਗੀ ਤੇ ਜਦ ਵਜ਼ਨ ਜ਼ਿਆਦਾ ਹੋਵੇਗਾ ਫੋਰਸ ਐਨਰਜ਼ ਇਹ ਗੱਡੀ ਦਾ ਵੱਜੇਗਾ ਫੋਰਸ ਐਨਰਜ਼ ਇਹ ਵੱਜੇਗਾ ਫਿਰ ਜ਼ਿਆਦਾ ਜ਼ੋਰ ਚਾਹੀਦਾ ਹੈ ਗੱਡੀ ਨੂੰ ਉਹ ਬ੍ਰੇਕਾਂ ਮਾਰ ਲਈ ਵੀ ਰੋਕਣ ਲਈ ਵੀ ਠੀਕ ਹੈ ਤੇ ਇਸ ਕਰਕੇ ਇੰਚੀ ਦੇ ਅਸਰ ਅੰਦਾਜ਼ ਪ੍ਰਭਾਵਿਤ ਹੋ ਗਿਆ ਵੇਰ ਹੋਇਆ ਇਸ ਉਹ પ્રકારਿਕ ਦਿਲਵਿਗੋਲੀ ਰਵ ਰੋਡ ਨਾਲ ਗੱਡੀ ਦਾ ਇੰਚੀ ਦੇ ਅਸਰ ਦਾ ਪ੍ਰਭਾਵਿਤ ਹੁੰਦਾ ਹੈ ਸੋਲਾ ਸਟੈਬਿਲਿਤਾ ਦਲ ਮਾਰਕੀਆ ਜਿਹੜੀ ਸਟੈਬਿਲਿਟੀ ਹੁੰਦੀ ਹੈ ਸਮਾਨ ਦੀ ਗਨ ਉਹਦੇ ਤੇ ਪ੍ਰਭਾਵਿਤ ਕਰਦਾ ਹੈ ਦਰਸ਼ਕਾਂ ਦੇ ਵੇਰ ਹੋਇਆ ਸਮਾਨ ਦੀ ਸਟੇਬਿਲਟੀ ਤੇ ਵੀ ਪ੍ਰਭਾਵਿਤ ਅਸਰ ਅੰਦਾਜ਼ ਕਰੇਗਾ ਠੀਕ ਹੈ ਸਭਰਕਾਰੀ ਕਿ ਜਿਹੜੀ ਕੋਲੀਓਰ ਲੋਡ ਨਾਲ ਗੜੀ ਦਾ ਇਨ ਚੀਜ਼ ਅਸਰ ਅੰਦਾਜ਼ ਕਰਦਾ ਹੈ ਐਫੀਸ਼ੀਐਂਸ ਦਾ ਲਿ ਡਿਸਪੋਜੀਟਿਵ ਉਹ ਐਫੀਸ਼ੀਐਂਸ ਦਾ ਕਾਰਕਰਦਗੀ ਹੁੰਦੀ ਹੈ ਜਿਹੜੀ ਲੈਟ ਡਿਸਪੋਜੀਟਿਵ ਜਿਹੜੀ ਡਿਸਪੋਜੀਟਿਵ ਸਿਸਟਮ ਹੁੰਦੇ ਨੇ ਜਿਹੜੇ ਇਲੀਮੀਨੇਸ਼ਨ ਲਾਈਟਾਂ ਵਾਲੀ ਸਿਗਨੇਸ਼ਨ ਹੈ ਵਿਜੀਬ ਨਜ਼ਰ ਆਉਣ ਵਾਲਾ ਸਿਗਨਲ ਦੇਖੋ ਜੀ ਇਹ ਜਿਹੜੀ ਫਾਰੀ ਹੁੰਦੀ ਨੇ ਫਰੰਟ ਉਹਦੀ ਲਾਈਟ ਨੂੰ ਉੱਪਰ ਬਾਇਵਿਤ ਕਰ ਸਕਦਾ ਹੈ ਓਵਰਲੋਡ ਹੋਣਾ ਇਹਦੀ ਜਿਹੜੀ ਡਿਸਪੋਜ਼ਿਟਿਵ ਇਲੂਮੀਨੇਸ਼ਨ ਹੈ ਜਿਹੜੇ ਲਾਈਟਾਂ ਵਗੈਰਾ ਨਾ ਇਹ ਲਾਈਟਾਂ ਦੇ ਸਿਸਟਮ ਨੇ ਸਿਨੈਲਸੀਓ ਨੇ ਵੀ ਜਿਵੇਂ ਉਹ ਨਜ਼ਰ ਆਉਣ ਵਾਲਾ ਸਿਗਨਲ ਇਹਨਾਂ ਦੀ کارਰਗਤੀ ਨੂੰ ਪ੍ਰਭਾਵਿਤ ਅਸਰ ਅੰਦਾਜ਼ ਨਹੀਂ ਕਰ ਸਕਦਾ ਵੀ ਠੀਕ ਹੈ ਹੁਣ ਇਹਦਾ ਇਹਦੇ ਨਾਲ ਤੱਲਕ ਹੀ ਨਹੀਂ ਹੈ ਕਿ ਬਲਬ ਬੱਲੇਗਾ ਕਿ ਨਹੀਂ ਬੱਲੇਗਾ ਜਾਂ ਇਦਾਂ ਦੀ ਕੋਈ ਚੀਜ਼ ਹੋਵੇਗੀ ਜੇ ਓਵਰਲੋਡ ਹੋ ਵੀ ਗੱਡੀ ਇਹ ਤਾਂ ਇਹਦੇ ਨਾਲ ਕੋਈ ਤੱਲਕ ਹੀ ਨਹੀਂ ਹੈ ਸਰਕਾ ਪਾਲਸੋ ਸੋਹਰੇ ਕਾਰਕਿਤ੍ਰ ਵੀ ਗੋਲੀ ਇੰਚੀ ਦੇ ਅਸ ਓਵਰਲੋਡ ਹੋਣਾ ਗੱਡੀ ਦਾ ਅਸਰ ਅੰਦਾਜ਼ ਪ੍ਰਭਾਵਿਤ ਹੁੰਦਾ ਹੈ ਸੁੱਲ ਐਫੀਸ਼ੀਐਂਸ ਦਾ ਲਿਮਿਟੇਟਰ ਕਨ ਲਿਮਿਟੇਟਰ ਦੀ ਕਾਰਗਰਕੀ ਤੇ ਅਸਰ ਅੰਦਾਜ਼ ਪਰਭਾਵਿਤ ਹੋ ਗਿਆ ਗਲਤ ਕਿਨਹਾਲ ਹੋਇਆ ਲਿਮਿਟੇਟਰ ਦੇ ਨਾਲ ਵੀ ਇਹਦਾ ਕੋਈ ਤੱਲਕ ਨਹੀਂ ਹੈ ਵੀ ਸਵਰਕਾਰੀ ਉਦਲ ਵੀ ਕੋਲ ওভারਲੋਡ ਹੋਣਾ ਗੜੀਦਾ ਇੰਚੀ ਦਸਰੰਦਾਜ਼ ਪਰਭਾਵਿਤ ਕਰਦਾ ਹੈ ਸੁੱਲ ਕੁਰੇਤਾ ਫੰਕਸ਼ਨਮੈਂਟ ਦੇਲਾ ਕਰੋਨੋਟਾਕੋਗਰਾ ਤਾਕੀ ਗ੍ਰਾਫੋ ਜਿਹੜਾ ਕਨੇ ਕੋਰੈਕਟ ਜਿਹੜਾ ਫੰਕਸ਼ਨ ਕਰਦਾ ਨਾ ਕਰੋਨੋਟਾਕ ਗ੍ਰਾਫੋ ਉਹਨੂੰ ਵੀ ਅਸਰ ਅੰਦਾਜ਼ ਜਾਂ ਪ੍ਰਭਾਵਿਤ ਕਰ ਸਕਦਾ ਹੈ ਗਲਤ ਕਿਨਹਾਲ ਹੋਇਆ ਕਰੋਨੋਟਾਕ ਗ੍ਰਾਫਰ ਦਾ ਵੀ ਇਹਦਾ ਕੋਈ ਤੱਲਕ ਨਹੀਂ ਹੈ sovracarico <Santhe> senzione overload ਦੀ ਜਿਹੜੀ ਸਜ਼ਾਵਾਂ ਹੁੰਦੀਆਂ ਨੇ ਦੇਖੋ ਜੀ ਇਹਦੇ ਵਿੱਚ ਨਾ ਸਜ਼ਾਵਾਂ ਦੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂ ਸੈਂਸ਼ਿਓਨੇ ਹੁੰਦੀਆਂ ਸਜ਼ਾਵਾਂ ਜਿਹੜਾ ਮੂਲ ਤੇ ਵਗੈਰਾ ਪੇ ਕਰਨੇ ਹੁੰਦੇ ਨੇ ਠੀਕ ਹੈ ਜੀ ਉਹਦੇ ਤੋਂ ਇਲਾਵਾ aggiudicazione dei punti di de, interpretazione dei punti ਪੁਨਤੀਆਂ ਬਤਨ ਦੇ ਵਿੱਚ ਘਟਣ ਸਕਦੇ ਨੇ ਠੀਕ ਹੈ ਜੀ ਇਹ ਜ਼ਹਿਨ ਵੀ ਤੁਸੀਂ ਗੱਲਾਂ ਰੱਖਣੀਆਂ ਨੇ ਔਰ ਇਹਦੇ ਜਿਹੇ caricare della evidenza ਔਰ ਅਚੀ ਦੇਨ ਦਾ ਜਿਹੜਾ ਓਵਰ ਲੋਡ ਹੈ ਨਾ ਵੱਧ ਸਮਾਨ ਹੈ ਉਹ ਤੁਸੀਂ ਸਰਕਾਰੀ ਕੋ ਕਰਨਾ ਹੈ। ਯਾਨੀ ਕਿ ਤੁਸੀਂ ਸਰਕਾਰੀ ਜਿਹੜਾ ਜ਼ਮਾਨ ਜ਼ਿਆਦਾ ਹੈ ਨਾ ਤੁਸੀਂ ਟਰਾਂਸਪੋਰਟ ਕਰਦੇ ਹੋਵੇ ਉਹ ਤੁਸੀਂ ਓਵਰ ਜਿਹੜਾ ਲੋਡ ਹੈ ਮੰਨ ਲਓ ਤੁਸੀਂ 10 ਟਨ ਕਰ ਸਕਦੇ ਸੀ। ਅ 8 ਟਨ ਦੀ ਗੱਡੀ ਸੀ ਤਾਂ ਤੁਸੀਂ 8 8 ਟਨ ਦੀ ਪਰਮਿਸ਼ਨ ਸੀ ਤੇ ਤੁਸੀਂ 9 ਟਨ ਲੈ ਕੇ ਜਾ ਰਹੇ ਹੋ 1 ਟਨ ਵੱਧ ਹੋਇਆ ਤੁਹਾਡਾ। ਉਹਦੇ ਵਿੱਚ ਤੁਹਾਨੂੰ ਲਾਜ਼ਮੀ ਹੈ ਕਿ ਉੱਪਰਲਾ 1 ਟਨ ਜਿਹੜਾ ਉਹ ਤੁਹਾਨੂੰ ਉਹ ਸਕਾਰਿਕੋ ਕਰਨਾ ਪਵੇਗਾ ਉਤਾਰਨਾ ਪਵੇਗਾ ਠੀਕ ਹੈ ਲਾਣਾ ਪਵੇਗਾ ਯਾਨੀ ਕਿ ਸਕਾਰਿਕਾਰ ਦਲਾ ਐਚ ਇਦੈਂਜ਼ਾ ਠੀਕ ਹੈ ਪੁੰਤੀਆਂ ਵੀ ਕੱਟਣਗੇ ਪੈਸੇ ਵੀ ਮੁਲਤਵੀ ਹੋਵੇਗਾ ਔਰ ਓਵਰ ਜਿਹੜਾ ਲੋਡ ਹੈ ਉਹ ਵੀ ਤੁਹਾਨੂੰ ਲਾਣਾ ਪਵੇਗਾ ਔਰ ਇਹਨੂੰ ਸਜ਼ਾ ਵੀ ਹੋਵੇਗੀ ਸਜ਼ਾ ਵੀ ਨਹੁੰਦੀ ਹੈ ਇਹ ਡਿਪੈਂਡ ਕਰਦਾ ਹੈ ਪਰਸੈਂਟੂਅਲ ਸਜ਼ਾ ਹੋਂ ਦੇ ਵੀ ਕਿੰਨੇ ਪਰਸੈਂਟ ਜਿਹੜੀ ਗੱਡੀ ਓਵਰਲੋਡ ਸੀ ਠੀਕ ਹੈ ਉਹਦੇ ਹਿਸਾਬ ਨਾਲ ਇਹ ਸਜ਼ਾ ਦਿੰਦੇ ਨੇ ਠੀਕ ਹੈ ਤੇ ਮੰਨ ਲਓ ਫਾਰ ਐਗਜ਼ਾਮਪਲ ਇੱਕ ਮਿਸਾਲ ਦੇ ਤੌਰ ਤੇ ਹੈ ਇੱਕ ਗੱਡੀ ਜਿਹਦੇ ਵਿੱਚ ਪਰਮਿਸ਼ਨ ਸੀ ਕਿ ਆਟਾਂ ਦੀ ਤੁਸੀਂ 9 ਟਨ ਲਾਦ ਲਿਆ ਉਹਦੇ ਕੋਈ ਆ ਜਾਂਦਾ ਹੈ ਸੰਚਿਓ ਨੇ ਸਜ਼ਾ ਜਿਹੜੀ ਹੁੰਦੀ ਹੈ ਮੂਲ ਤੌਰ ਤੇ 85 ਯੂਰੋ ਤੇ ਜਿਹੜੀ ਇੱਕ 12 ਟਨ ਗੱਡੀ ਸੀ ਉਹਦੇ ਵਿੱਚ ਤੁਸੀਂ 1 ਟਨ ਵਾਧਾ ਯਾਨੀ ਕਿ 13 ਟਨ ਲੈ ਕੇ ਜਾ ਰਹੇ ਹੋ ਕਿਉਂਕਿ 12 ਟਨ ਸੀ ਇਸ ਕਰਕੇ 13 ਟਨ ਵਿੱਚ ਪਰਸੈਂਟੇਜ ਘੱਟ ਜੰਨੀ ਹੈ ਕਿਉਂਕਿ ਆਟਾਨ ਵਿੱਚ 9 ਟਨ ਵਿੱਚ ਇੱਕ ਟਨ ਵੱਧ ਲੈ ਕੇ ਜਾ ਰਹੇ ਹਾਂ ਤਾਂ 9 ਟਨ ਬਣ ਜਾਂਦਾ ਹੈ ਫਿਰ ਤਕਰੀਬਨ 12.5% ਬਣ ਜਾਂਦਾ ਐਕਸਟਰਾ ਉਹਦੇ ਵਿੱਚ 85 ਹੋਇਆ ਸੀ ਲੇਕਿਨ 12 ਟਨ ਵੀ ਜੀ ਇੱਕ ਟਨ ਐਕਸਟਰਾ ਲੱਗ ਜਾ ਰਹੇ 13 ਟਨ ਤੇ ਉਹਦੇ ਵਿੱਚ ਤਕਰੀਬਨ 41 ਯੂਰੋ ਐਕਸਟਰਾ ਤੁਹਾਨੂੰ ਪੇਮੈਂਟ ਕਰਨੀ ਪੈ ਸਕਦੀ ਹੈ ਸੰਛਿਓ ਨੇ ਪਲੱਸ ਬਾਕੀ ਡਿਪੈਂਡ ਕਰਦਾ ਤੁਹਾਡਾ ਸਮਾਨ ਲਵਾਣਗੇ ਤਾਂ ਤੁਹਾਨੂੰ ਕੋਈ ਘਟਣਗੇ ਕਹਿੰਦੇ ਬੇ previsti una sanzione amministrativa se vignaria o qualsiasi sanzione amministrativa picniara vegi yani ke multa jurmana wagera hovega sela massa della totale peno carico jena massa totale peno carico de vigo lo hai total massa complesiva ho jaggadi da pen massa totale de carico ho jaggadi da yani ke carico utle jaggadi da utle e superiore di altre 5% je 5% de vadh hove te ਜੇ ਕਿ ਪਾਲ 5% ਤੇ ਨਾਰਮਲ ਸਮਾਨ ਹੋਵੇ ਤੇ ਟੋਲ ਰੇਟ ਕੀਤਾ ਜਾ ਸਕਦਾ ਨਾ ਤੇ 5% ਤੋਂ ਵੱਧ ਹੋਵੇਗਾ ਤੇ ਜਿਹੜੀ ਗੱਲ ਟੋਲ ਰੇਟ ਹੈ ਨਹੀਂ ਕੀਤਾ ਜਾਏਗਾ ਰਿਸਪੈਕਟ ਉਹ ਅਕਵਲ ਹਿੰਦੀ ਕਾ ਤੋ ਸਰ ਕਰ ਕਾ ਤੋ ਜਿਕਸ਼ਨ ਹੈ ਉਹਦੇ ਮੁਤਾਬਕ ਜਿਹੜਾ ਕਾ ਤੋ ਜਿਕਸ਼ਨ ਹੈ ਗੱਡੀ ਦੇ ਡਾਕੂਮੈਂਟਾਂ 'ਤੇ ਬਦਲ ਲਿਖਿਆ ਹੋਇਆ ਹੈ ਦੂਸਰੀ ਗੱਲ ਵੀ ਵੀਰਾ ਗੱਡੀ ਦੇ ਕਾ ਤੋ ਜਿਕਸ਼ਨ ਗੱਡੀ ਦੇ ਲਿਬਰੇ ਤੋਂ ਜਿਹ ਗੱਡੀ ਦੀ ਕਾਪੀ ਦੇ ਜਿਹਨਾਂ ਲਿਖਿਆ ਨਾ ਉਹਦੇ ਅਕੋਰਡਿੰਗ ਮੈਕਸਿਮਮ 5% ਵੱਧ ਲੈ ਸਕਦੇ ਉਹਦੇ ਤੋਂ ਵੱਧ ਹੋਵੇਗਾ ਤੇ ਸਮਾਨ ਤੁਹਾਨੂੰ ਸਮਾਨ ਵੀ ਲੈਣਾ ਪਵੇਗਾ ਸਜ਼ਾਵਾਂ ਵੀ ਹੋਣਗੀਆਂ

ਔਰ ਜੇ ਇਹ ਤੇ ਬੇਨੋਕਾਰੀ ਕੁਝ ਜਿਹੜਾ ਗੱਡੀ ਦਾ ਸੀ ਉਹ ਵਜ਼ਨ ਸੀ ਜਿਹੜਾ ਪੈਜੋ ਸੀ ਉਹ 5% ਵਧ ਹੈ ਰਿਸ਼ਪਤ ਤੋਂ ਹੋਰ ਕੋਲ ਇੰਡੀਕੇਟ ਸੁਕਰ ਜਿ ਕੋਸ਼ ਨੇ ਕਾਤੇ ਜਿ ਕਿਸ਼ ਜਿਹਨਾਂ ਇੰਡੀਕੇਟ ਕੀਤਾ ਗਿਆ ਨਾ ਉਹਦੇ ਤੋਂ 5% ਤੂੰ ਵਧ ਸੀ ਇਹ ਨਹੀਂ 5% ਸੀ 5% ਤੇ ਟੋਲਰੇਟ ਕੀਤਾ ਜਾ ਸਕਦਾ ਹੈ ਨਾ 5% ਤੋਂ ਵੀ ਵੱਲ ਸੀ ਅਲਤਰੇ ਅਲ ਜਿੰਕ ਵਿੱਚ ਪਰ ਜਾਂਦੋ ਜਿਹੜੀ ਗੱਲ ਚੀਕ ਪਰ ਪਰਚੰਤ ਤੋਂ ਵਧ ਹੋਵੇਗਾ ਤੇ ਟ੍ਰਾਂਸਪੋਰਟ ਤੋਂ ਪ੍ਰੋਫੈਸ਼ਨਲ ਤੁਸੀਂ ਕਰ ਰਹੇ ਹੋ ਤਾਂ ਜ਼ੈਰੀ ਗੱਲ ਹੈ ਫਿਰ ਤੁਹਾਨੂੰ ਜਿਕਰ ਤਸ਼ਵੀਰ ਦੀ ਪੁੰਤੀ ਸੁਕਾਤਾ ਦੀ ਕੁਆਲਿਫਿਕੇਸ਼ਨ ਨੇ ਤੁਹਾਡੇ ਪਤਨ ਤੇ ਵੀ ਚੁਨੀ ਤੁਹਾਡਾ ਕਰਤਾ ਦੀ ਚੀਕੂ ਚੀ ਹੈ ਨਾ ਜਿਹੜਾ ਕਰਤਾ ਦੀ ਕੁਆਲਿਫਿਕੇਸ਼ਨ ਨੇ ਉਹਦੇ ਵਿੱਚੋਂ ਪਦੰਤ ਹਾਂ ਕਟੀਆਂ ਜਾਣਗੀਆਂ ਵੇਰ ਹੋਇਆ ਅਗੇ ਨੇ ਬੇ ਕੌਨਸੈਂਤੀ ਤੋਂ ਸੋਵਰਾਕਾਰਿਓ ਕਨੇਓ ਪਰ ਲੋਡ ਦੀ ਇਜਾਜ਼ਤ ਹੈ ਮੈਕਸਿਮੋ ਦੇਲੇ 15% ਦੇਖੋ ਜੀ 15% ਤੋਂ ਵਾਲੇ ਕੁਐਸਚਨ ਹੈ ਹੀ ਗਲਤ ਨੇ 3% ਤੋਂ ਵਾਲੇ ਕੁਐਸਚਨ ਗਲਤ ਨੇ ਠੀਕ ਹੈ ਕਨੇ ਕੌਨਸੈਂਤੀ ਤੋਂ ਇਜਾਜ਼ਤ ਹੈ ਇਸ ਸੋਵਰਾਕਾਰਿ ਕੋ ਮੈਕਸਿਮੋ ਦੇਲੇ ਦੇਲੇ 15% ਕਨੇ ਪਰਨਾ ਪਰਸੈਂਟ ਇਜਾਜ਼ਤ ਹੈਗੀ ਹੈ रिस्पेक्ट टूला मासा कॉम्प्लेसिवा पेनोकारिको एमएससी विलेदर विगोलो और दे अकॉर्डिंग जितना के मासा कॉम्प्लेसिवा जितना गाड़ी दा वजन है गया ओ दे अकॉर्डिंग जितनी परमिशन हैगी है देखो जी जितना मासा कॉम्प्लेसिवा है ना गाड़ी दा ओ दे ओ दे तो वध 5% असि ਤੁहानु टॉलरिट कीता जा सकदे है 15% कदी भी नहीं फाल्स सोब्राकारिक विले विगोलो ओवरलोड ना गाड़ी दा फी नो 15% दला मासा कॉम्प्लेसिवा पेनोकारिको एमएससी विले कोन ਕੰਨਨ ਤੇ ਮਾਸਾ ਕੰਪਲੈਕਸਿਵ ਜਿਹੜਾ ਵੇ ਇਹ ਐਮਐਸਸੀ ਵਿਲੇਜਾਸ ਹੈਗੀ ਪਰਮਿਸ਼ਨ ਆ ਗਈ ਹੈ ਅਲੋਰਾ ਕੰਪੋਰਟਾ

ਫਿਰ ਨੋ ਕੁਇੰਦੀ ਚ ਪਰਚਾਂ ਦੇ 15% ਦਲ ਮਾਸਾ ਕੰਪਲੈਸੀਵਾ ਪੈਨੋ ਕਾਰਿਕੋ ਜਿਹੜਾ ਮਾਸਾ ਕੰਪਲੈਸੀਵਾ ਪੈਨੋ ਕਾਰਿਕੋ ਗੱਡੀ ਦਾ ਅਮੇਸੀ ਵੀ ਇਜਾਜ਼ਤ ਹੈ ਨੋਨ ਕੰਪੋਰਟ ਸੈਂਕਸ਼ਨ ਹੈ ਕਹਿੰਦੇ ਸਜ਼ਾ ਨਹੀਂ ਹੋਣੀ ਗਲਤੀ ਨਾਲ ਫਾਲਸ ਹੈ ਸਜ਼ਾ ਕਿਉਂ ਨਹੀਂ ਹੋਣੀ 5% ਪਰਮਿਸ਼ਨ ਹੈ 15% ਬਿਲਕੁਲ ਨਹੀਂ ਹੈ ਫਾਲਸ ਹੋ ਕਾਰਿਕੋ ਫਿਸਾਜੀਓ ਕਾਰਿਕੋ ਸਮਾਨ ਜਿਹੜਾ ਲੱਦਣਾ ਹੁੰਦਾ ਹੈ ਔਰ ਫਿਕਸ ਹੋਣਾ ਸਮਾਨ ਫਿਸਾਜੀਓ ਠੀਕ ਹੈ ਵਧੀਆ ਮਜ਼ਬੂਤੀ ਨਾਲ ਬੱਜੇ ਬੁਜੇ ਹੋਣਾ ਠੀਕ ਹੈ ਲਾਜ਼ਮੀ ਨਹੀਂ ਵੀ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਰਿਕੋ ਹੋਣਾ ਔਰ ਫਿਸਾਜੋ ਹੋਣਾ ਠੀਕ ਹੈ ਮਜ਼ਬੂਤੀ ਨਾਲ ਬੱਜਿਆ ਹੋਣਾ ਕਹਿੰਦੇ ਪਰ evitare spostamento del carico spostare spostamento del carico ਹੋਣ ਤੋਂ ਬਚਣ ਲਈ ਯਾਨਕਿ ਦੌਰਾਨ ਤਲਾ ਮਾਰ ਚੱਲਣ ਦੌਰਾਨ ਚੱਲਣ ਦੌਰਾਨ ਕਿ ਜੇ ਤੁਸੀਂ ਸਮਾਨ ਬੱਜਿਆ ਨਹੀਂ ਹੈ ਨਾ ਬ੍ਰੇਕ ਮਾਰੋਗੇ ਗਾਂ ਰੇਸ ਦਿਓਗੇ ਪਿਛਾਂ ਠੀਕ ਹੈ ਤੇ ਸਟੀਰਿੰਗ ਘੁਮਾਓਗੇ ਸੱਜੇ ਕਬੇ ਨਿਕਲ ਜਾਂਦਾ ਇਸ ਕਰਕੇ ਇਸ ਚੀਜ਼ ਤੋਂ ਬਚਣ ਲਈ para evitare spostamento del carico ਬਚਾਣ ਲਈ ਜਗਾ ਚੇਂਜ ਕਰਨ ਦੀ ਕਾਰੀਗੋ ਦੀ ਦਰਾਂਤ ਲਾ ਮਾਚ ਦਿਲੇੰਦਰਾ ਨੇ ਦੇਲਵੀ ਗੋਲੀ ਗੱਡੀ ਦਾ ਅਪਰਚੂਨਾ ਮੁਨਾਸਬ ਹੈ ਅਜੀਰੇ ਸੂਸਟੇਰ ਜੋ ਕਹਿੰਦੇ ਤੁਸੀਂ ਸਟੀਰਿੰਗ ਦੇ ਉੱਤੇ ਹੱਥ ਹਲਕਾਰ ਰੱਖੋ ਇਹ ਜਿਹੜਾ ਤੁਸੀਂ ਰੱਖਣਾ ਹੈ ਮੁਨਾਸਬ ਰੱਖੋ ਫ੍ਰੇਨੀ ਬ੍ਰੇਕ ਆ ਮਾਰੋ ਐਦ ਐਕਸਲਰੇਟਰ ਹੋਰੇ ਰੇਸਾਂ ਦੇ ਹੋ ਯਾਨੀ ਕਿ ਸਟੀਰਿੰਗ ਸਟੇਰਜ਼ੋ ਸਟੀਰਿੰਗ ਜਦ ਘੁਮਾਣਾ ਹੈ ਫ੍ਰੇਨੀ ਜਦ ਬ੍ਰੇਕ ਆ ਮਾਰਨੀ ਹੈ ਐਕਸਲਰੇਟਰ ਹੋਰੇ ਜਦ ਰੇਸ ਦੇਣੀ ਹੈ ਕੌਨ ਗਰਾ ਦਵਾਲੀਤਾ ਇਸ ਆਇਸਟਾ ਸਟਾਡੀਓ ਇਹਨੇ ਆਰਾਮ ਦੇ ਨਾਲ ਉਸਲੇ ਨਾਲ ਆਰਾਮ ਦੇ ਨਾਲ ਘੁਮਾਓ ਸਟੇਰੀਂਗ ਆਰਾਮ ਦੇ ਨਾਲ ਬ੍ਰੇਕ ਲਗਾਓ ਆਰਾਮ ਦੇ ਨਾਲ ਸਟ੍ਰੇਸਾਂ ਦਿਓ ਦ੍ਰਿਸ਼ ਕੈਨ ਬੇ ਪਰ ਹੈ ਕੈਨ ਪਰ ਐਵਿਟਾਰੇ ਸਪੋਸਟਾਮੈਂਟ ਦੋ ਲਗਾਰੀ ਕੋ ਬਚਾਉਣ ਦੇ ਲਈ ਸਪੋਸਟਾਰੇ ਹੋਣ ਤੋਂ ਕਾਰੀ ਕੋ ਦੇ ਦਰੰਤ ਲ ਮਾਰਚੀ ਦਰੰਤ ਅਨ ਦਲਵੀ ਕੋਲੀ ਗੱਡੀ ਦੇ ਸੀ ਦੇਵੋਨੋ ਅਨ ਕੋਰਾ ਸਾਲਦAMENTE ਲ ਮਾਰਚੀ ਪੈਨੋ ਕਾਰੀ ਕੋ ਕਹਿੰਦੇ ਪਏ ਇਹ ਲਾਜ਼ਮੀ ਹੈ ਜੇ ਇਹ ਮਜ਼ਬੂਤੀ ਨਾਲ ਸਾਮਾਨ ਤੋਂ ਦੇ ਮਾਰਚੀ ਮਜ਼ਬੂਤੀ ਨਾਲ ਬਣਨ ਸਮਾਨ ਨੂੰ ਆਪਣੇ ਨਕਾਰਕ ਜਿਹੜਾ ਕਿਸਮਾਨ ਹੈਗਾ ਉਹਨੂੰ ਮਜ਼ਬੂਤੀ ਨਾਲ ਬਣਾਣਾ ਚਾਹੀਦਾ ਹੈ ਤੇ ਇਸ ਕੰਨੇ ਵੀਰਾ ਸਮਾਨ ਨੂੰ ਮਜ਼ਬੂਤੀ ਨਾਲ ਬਣਾ ਕੇ ਤਦ ਹੀ ਬਜੇ ਰਹੇਗਾ ਨਾ ਤਦ ਹੀ ਸਪੋਸਤਾ ਰਹੇ ਹੋਣ ਤੋਂ ਬਚੇਗਾ ਨਾ ਇਸ ਕਰਕੇ ਇਹ ਵੀ ਬੇਰੋ ਇਹ ਕਿਨ ਵੀ ਇਕੋਲੀ ਜਿਹੜੀ ਚੀਜ਼ਾਂ ਨੇ ਠੀਕ ਹੈ ਪੀਸਿਸ ਨੇ ਠੀਕ ਹੈ si devono sistemare in modo sistemare che ndosi c'è istra che non si spostino durante la marcia del veicolo che non spostare non cosa drive karne duran zari gal hai drive is tarah nahi honi chahiye brush ke accelerator ne brush ke frenate brush starzat eh sari chizaan nahi honi chahiye par evitare spostamento del carico bachaan layi spostare hon to kari ko de darant marji drive karan duran ਇਨਡਿਸਪੈਂਸੇਬਲ ਹੈ ਕਹਿੰਦੇ ਇਸ ਗੱਲ ਦਾ ਧਿਆਨ ਤੁਸੀਂ ਨਹੀਂ ਰੱਖਣਾ ਜਿਵੇਂ ਕੰਟਰੋਲ ਆ ਰਿਹਾ ਫਿਕਵੈਂਟਮੈਂਟ ਤੇ ਵੀ ਤੁਸੀਂ ਜ਼ਿਆਦਾ ਕੰਟਰੋਲ ਕਰੋ ਲਾ ਪ੍ਰੈਸ਼ਰ ਦੇ ਲਈ ਬਣੀ ਮਾਚੀ ਪ੍ਰੈਸ਼ਰ ਟਾਇਰਾਂ ਦਾ ਰਲ ਕਿਨੇ ਫਾਲਸ ਹੈ ਇਸ ਗੱਲ ਦਾ ਧਿਆਨ ਕਿਉਂ ਰੱਖਣਾ ਪ੍ਰੈਸ਼ਰ ਟਾਇਰਾਂ ਦਾ ਤੇ ਗੱਡੀ ਨੂੰ ਸਟੇਬਲ ਰੱਖਣ ਲਈ ਸਭ ਤੋਂ ਪਹਿਲੇ ਮੋਸਟ ਇੰਪੋਰਟੈਂਟ ਚੀਜ਼ ਹੈ ਇਸ ਕਰਕੇ ਫਾਲਸ ਹੋ ਪਰ ਇਹ ਵਿਦਾਰ ਸਪਸ਼ਟਮੈਂਟ ਦੇ ਕਾਰੀ ਕੋ ਬਚਾਉਣ ਲਈ ਸਪਸ਼ਟਾ ਰਹੇ ਹੋਣ ਦੇ ਕਾਰੀ ਕੋ ਦਰਾਂ ਤੇ ਮਾਰਚ ਡਰਾਈਵ ਕਰਨ ਦੇ ਦਰਾਂ ਦਿਲ ਵੀ ਕੋਲੀ ਗੱਡੀ ਦੇ ਇਹ ਪਰਤੂਨ ਲਾਸ਼ਿਆਰੇ ਇਲ ਕਾਰੀ ਕੋ ਸਤੇਸੋ ਸਸਪੈਸੋ ਦਲਾ ਗਰੂ ਕਾਰਿਕਾ ਤਰੀਚੇ ਕਹਿੰਨੇ ਬੇ ਇਹ ਬਿਲਕੁਲ ਫਜ਼ੂਲ ਨਹੀਂ ਗੱਲ ਕਿਦਨੇ ਕਹਿੰਨੇ ਅਵਿਧਾਰ ਬੱਚੋ ਨੇ ਇਸ ਪਸਤਮੈਂਟ ਦੇ ਕਾਰੀ ਕੋ ਡਰਾਈਵ ਕਰਨ ਦੇ ਦੌਰਾਨ ਜਿਹੜਾ ਦਰੰਤ ਰਮਾ ਚ ਡਰੈਗ ਦੇ ਦੌਰਾਨ ਇਸਪਸਤਾਰੇ ਹੋਣ ਤੋ ਕਾਰੀ ਕੋ ਬਚਾਣ ਲਈ ਬਿਲਕੁਲ ਗੱਡੀ ਦਾ ਇਹ ਪਰਤੂ ਨਮਾਸ ਬੈ ਲਾਸ਼ਾਰੇ ਕਾਰੀ ਕੋ ਸਤੇਸਾ ਸਸਪੈਸੋ ਸਸਪੈਸੋ ਆ ਲਗਰੂ ਕਾਰੀ ਕਾ ਤਰੀਚੇ ਕਹਿੰਨੇ ਸਾਮਾਨ ਜਿਹੜਾ ਉਹ ਤੁਸੀਂ ਟੰਗਿਆ ਹੀ ਰਹਿਣ ਲੱਗਾ ਹੀ ਰਹਿਣ ਦੇ ਉਦੋਂ ਤੇ ਗਰੂ ਦੇ ਉਤੇ ਹੈ ਉਹ ਗਰੂਪਗਰਾਂ ਹੁੰਦੀ ਹੈ ਨਾ ਜਿਹੜੀ ਕਿ ਅ ਟਰੱਕਾਂ ਦੇ ਪਿੱਛੇ ਗਈਆਂ ਲੱਗ ਜਾਂਦੀਆਂ ਕਹਿੰਦੇ ਉਹਦੇ ਉੱਤੇ ਰਹਿਣ ਦੇ ਉਹ ਗਲਤ ਕਹਿੰਦੇ ਫਾਲਸ ਹੋਇਆ ਉਹਦੇ ਉੱਤੇ ਜੇ ਤੁਸੀਂ ਹਲਕੀ ਬ੍ਰੇਕ ਵੀ ਮਾਰੋਗੇ ਤਾਂ ਜ਼ਿਆਦਾ ਨੁਕਸਾਨ ਦੇਣ ਦੇ ਚਾਂਸਸ ਔਰ ਸਖਤ ਨੁਕਸਾਨ ਦੇ ਦੇ ਚਾਂਸਸ ਜਿਹੜੇ ਨੇ ਉਹਦੇ ਨਾਲ ਬਣਦੇ ਨੇ ਇਸ ਕਰਕੇ ਵੀ ਗਲਤ ਕਹਿੰਦੇ ਫਾਲਸ ਹੋਇਆ ਹਾਂਜੀ ਤੇ ਹੁਣ ਅਸੀਂ ਵਰਕੇ ਹਟਿਆ ਜਿਹਦੇ ਵਿੱਚ ਅਸੀਂ ਦੱਸ ਰਹੇ ਸੀ ਕਿ ਸੈਂਸ਼ਿਓ ਨੇ ਜਿਹੜੀਆਂ ਨੇ ਸਜ਼ਾਵਾਂ ਹੋ ਸਕਦੀਆਂ ਨੇ ਜੇ ਕਾਰੀ ਕੋ ওভারਲੋਡ ਹੋਵੇਗਾ ਨਾ ਤੇ ਜਿਹਦੇ ਵਿੱਚ ਸ਼ਾਮਲ ਹੈ ਕਾਰੀ ਕਤੋਰੇ ਇੱਕ ਨੰਬਰ ਤੇ ਦੂਸਰੇ ਨੰਬਰ ਤੇ ਕੰਦੂ ਚੈਂਟੇ ਤੀਸਰੇ ਨੰਬਰ ਤੇ ਪ੍ਰੋਪੀਟਾਰੀਓ 8 8 ਨੰਬਰ ਤੇ ਕੋਮਿਟੈਂਟੇ ਇਹ ਚੋ ਵੀ ਜਿਹੜੇ ਕਰੈਕਟਰ ਸੀ ਹੁਣ ਅਸੀਂ ਗੱਲ ਕਰਾਂਗੇ ਕਾਰੀ ਕੋ ਰਿਪਰਟਸ ਰਿਪਾਰਟਿਸੀ ਰਿਪਾਰਟਿਸੀਓਨ ਰਿਪਾਰਟਿਸੀਓਨ ਕਾਰੀ ਕੋ ਤੁਮਰਾਦ ਯਾਨੀ ਕਿ ਡਿਸਟ੍ਰਿਬਿਊਟ ਕਰਨਾ ਡਿਸਟ੍ਰਿਬਿਊਇਰੇ ਕਰਨਾ ਠੀਕ ਹੈ ਸਹੀ ਤਰੀਕੇ ਨਾਲ ਦਨਾਰ ਰੱਖਣਾ ਸਮਾਨ ਠੀਕ ਹੈ ਜੀ ਜਿਵੇਂ ਕੈਸੀ ਹੈ ਦੇਖ ਸਕਦੇ ਆ ਕਿ ਜਿਹੜਾ ਸੇਤਰੀਕਾ கரਕਟ ਹੈ ਕਾਰੀ ਕੋ ਇਹ correto ਸੇਤਰੀਕਾ ਨਾਲ ਲੱਦੇ ਹੋਇਆ ਸਮਾਨ ਰੱਖਿਆ ਹੋਇਆ ਕਾਰੀ ਕੋ correto ਇਸ ਤਰੀਕੇ ਨਾਲ ਦਰਨਾ ਹੁੰਦਾ ਹੈ ਜਿਹੜੇ ਕਾਰੀ ਕੋ ਇਸ ਸਕੋਰੈਤੋ ਹੈ ਐਸਕੋਰੈਤੋ ਹੈ ਇਹ ਗਲਤ ਤਰੀਕੇ ਨਾਲ ਲੱਦੇ ਹੋਇਆ ਇਸ ਤਰੀਕੇ ਨਾਲ ਸਮਾਨ ਅਸੀਂ ਨਹੀਂ ਰੱਖਣਾ ਹੁੰਦਾ ਜੇ ਉਹਨਿਕੋ ਕੋਲੋ ਹੋਵੇ ਸਿੰਗਲ ਕੋਲੋ ਯਾਨੀ ਕਿ ਪੀਸ ਵਕਲ ਪਜੰਤ ਹੋਵੇ ਉਹਨੂੰ ਫਿਰ ਇੰਟਰਾਸੇ ਯਾਨੀ ਕਿ ਜਿਹੜੇ ਦੋ ਤੂਰੇ ਹੋਣਗੇ ਉਹਨਾਂ ਦੇ ਵਿਚਕਾਰ ਰੱਖਣਾ ਪਵੇਗਾ ਠੀਕ ਹੈ ਇਨਕੇ ਪਿਛਲੇ ਸਵਾਲਸ ਉਹ ਅਗਲੇ ਸਵਾਲਸ ਵਗੈਰਾ ਤਾਂ ਨਹੀਂ ਰੈਫਰ ਦੇ ਆ ਵੀ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅ ਰਿਪਾਰਟਿਰੇ ਕੋਰਟAMENTE ਐਲ ਕਾਰੀਕੋ ਪਰ ਨੋਨੋ ਸੋਵਰਾ ਕਾਰੀ ਲਈ ਆਸੀ ਰਿਪਾਰਟਿਰੇ ਯਾਨੀ ਕਿ ਸਹੀ ਤਰੀਕੇ ਨਾਲ ਸਹੀ ਡਿਸਟ੍ਰਿਬਿਊਟ ਕਰਨਾ ਕਰੈਕਟ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਸਮਾਨ ਕਿ ਸਹੀ ਤਰੀਕੇ ਨਾਲ ਰੱਖਿਆ ਜਾ ਸਕੇ ਲਦਿਆ ਜਾ ਸਕੇ ਕਿ ਕੋਈ ਇੱਕ ਧੂਰਾ ਜਿਹੜਾ ਸਭਾਂ ਧੂਰਿਆਂ ਵਿੱਚ ਉਸੋਵਰਾ ਕਾਰੀ ਕੋਵਰ ਲੋਡ ਨਾ ਹੋ ਸਕੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੇ ਗੱਰਟ ਚਿਕਰੇਸ਼ਨ ਲਿਖਿਆ ਹੋਵੇਗਾ ਵੀ ਤੁਹਾਡੀ ਗੱਡੀ ਤੇ ਜਿਹੜੇ ਆਸ ਜਮਲਾਤ ਹੀ ਨੇ ਅ ਰੋਤੇ ਜਮਲਾਤੀ ਨੇ ਉਹ ਉਹ ਜਿਹੜੇ ਟਾਇਰ ਨੇ ਡਬਲ ਟਾਇਰ ਜਿਹੜੇ ਨੇ ਉਹਨਾਂ ਦਾ ਵਜ਼ਨ ਕਿਤਨਾ ਹੈ ਔਰ ਜਿਹੜੇ ਸਿੰਗਲ ਰੋਤ ਜਿਹੜਾ ਉਹਦਾ ਵਜ਼ਨ ਕਿੰਨਾ ਯਾਨੀ ਕਿ ਕਿੰਨਾ ਵਜ਼ਨ ਉਹ ਅਫੋਰਡ ਕਰ ਸਕਦੇ ਨੇ ਠੀਕ ਹੈ ਤੇ ਸਿੰਗਲ ਟਾਇਰ ਦੀ ਬੇਸਿਕਲੀ ਬੀਟੀ ਜ਼ਿਆਦਾ ਹੁੰਦੀ ਹੈ ਡਬਲ ਟਾਇਰ ਦੀ ਅਬਿਲਟੀ ਥੋੜੀ ਜਿੰਨ ਨੂੰ ਉਹਨਾਂ ਨੂੰ ਉਹਨਾਂ ਦੇ ਮੁਕਾਬਲੇ ਘੱਟ ਹੁੰਦੀ ਹੈ ਉਸੇ ਸੇ ਘੱਟ ਹੁੰਦੀ ਹੈ ਕਿਉਂਕਿ ਮੌਕਾ ਨ ਕੋ ਚੀਨੀ ਮੇ ਜਗਾ ਆਵੇ ਜਿੱਥੇ ਕਿ ਇੱਕ ਟਾਇਰ ਦੇ ਉੱਤੇ ਸਾਰਾ ਭਾਰ ਪਿਆ ਹੈ ਜੇ ਦੂਜੇ ਉੱਤੇ ਭਾਰ ਸਾਰਾ ਨਾ ਪੋਇ ਇਸ ਕਰਕੇ ਥੋੜਾ ਜਿਨਾ ਉਹਨੂੰ ਮਲਟੀਪਲਾਈ ਡਬਲ ਆ ਨੀ ਕੀਤਾ ਜਾਂਦਾ ਹੈ ਵੀ ਠੀਕ ਹੈ ਜਿਵੇਂ ਕਿ ਸਿੰਗਲ ਜਿਹੜਾ ਕਿ ਇਹ ਹੁਣ ਚਾਰ ਤੂਰੇ ਦੱਸ ਰਹੇ ਨੇ ਇਹਦੇ ਵਿੱਚ ਚਾਰ ਤੂਰਿਆਂ ਵਿੱਚ ਜੋ ਪਹਿਲੇ ਤੂਰੇ ਦੇ ਉੱਤੇ ਹੈ ਜਿਵੇਂ ਕਿ ਦੱਸ ਰਿਹਾ ਹੈ ਇਹ ਆਸੇ ਤੂਰਾ ਨੰਬਰ 1 ਜਿਹੜਾ ਹੈ ਇਹਦੇ ਵਿੱਚ 8000 ਕਿਲੋ ਇਹ ਸਿੰਗਲ ਟਾਇਰ ਦੇ ਉੱਤੇ ਹੈ ਔਰ ਜੇ ਡਬਲ ਟਾਇਰ ਹੋ ਗਿਆ ਫਿਰ ਪਹਿਲੇ ਤੂਰੇ ਦੇ ਉੱਤੇ ਡਬਲ ਟਾਇਰ ਤੇ ਵੀ 8000 ਕਿਲੋ ਹੀ ਆਏਗਾ ਠੀਕ ਹੈ ਔਰ ਦੂਸਰਾ ਤੂਰਾ ਉਹ ਪਿੱਛੇ ਨਜ਼ਰ ਆ ਗਿਆ ਸਾਨੂੰ ਦੂਸਰਾ ਤੀਸਰਾ ਚੌਥਾ ਤੂਰਾ ਤੱਕਠੇ ਨੇ ਸਾਰੇ ਦੂਜੇ ਧੂਰੇ ਦੇ ਅਤਨਾ ਇਹ ਵਜ਼ਨ ਜਾਏਗਾ 8000 ਕਿਲੋ ਸਿੰਗਲ ਟਾਇਰ ਤੇ ਔਰ ਡਬਲ ਟਾਇਰ ਤੇ ਵੀ 8000 ਕਿਲੋ ਹੁਣ ਅੱਗੇ ਜਾਾਂਗੇ ਅਸੀਂ ਹਲਕੇ ਡਬਲ ਤਾਂ ਬੰਦੇ ਸੋਚਦੇ ਨਹੀਂ ਯਾਰ 8 ਦੀ ਜਗ੍ਹਾ ਤੇ 16 ਹੋਣਾ ਚਾਹੀਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਵੀ ਠੀਕ ਹੈ ਫਿਰ ਤੀਸਰੇ ਧੂਰੇ ਦੇ ਉੱਤੇ ਜੇ ਗੱਲ ਕਰਾਂਗੇ ਅਸੀਂ ਤਾਂ 9500 ਕਿਲੋ ਸਿੰਗਲ ਟਾਇਰ ਔਰ ਜੇ ਡਬਲ ਟਾਇਰ ਹੋਵੇਗਾ ਇਹ ਤਾਂ 13000 ਕਿਲੋ ਤੱਕ ਜਾ ਸਕਦਾ ਹੈ ਔਰ ਚੌਥੇ ਤੂਰੇ ਦੇ ਉੱਤੇ ਠੀਕ ਹੈ ਇੱਥੇ 9500 ਔਰ 14 13000 ਕਿਲੋ ਤੱਕ ਜਾ ਸਕਦਾ ਹੈ ਅਸ ਜਿਮਲਾਤੇ ਡਬਲ ਟਾਇਰ ਦੇ ਹੋਣ ਤੇ ਠੀਕ ਹੈ ਇਹਦੇ ਤੋਂ ਇਲਾਵਾ ਅਸੀਂ ਧਿਆਨ ਕਰਨਾ ਫੋਕਸ ਕਰਨਾ ਹੈ ਕਿ ਜੇ ਜੇ ਕਾਰੀ ਕੋ ਸਾਡਾ ਇਨ ਇਨ ਅਲਜ਼ਾ ਅਲਜ਼ਾਰੇ ਹੋਵੇ ਇਨ ਅਲਜ਼ੋ ਵੇਗਾ ਉਲਟਾ ਹੋਵੇਗਾ ਠੀਕ ਹੈ ਤੇ ਫਿਰ ਸਾਨੂੰ ਪ੍ਰੋਬਲਮ ਹੋਏਗੀ ਸੈਂਟਰੀਫੂਗਾ ਦੀ ਠੀਕ ਹੈ ਸਾਡਾ ਕਾਰੀ ਕੋ ਬਾਹਰ ਜਿਹੜਾ ਰੇਬਲਤਾ ਮੈਂ ਤੇ ਕਰੇਗਾ ਸਟੈਬਿਲਟੀ ਵਿਗਾੜੇਗਾ ਗੱਡੀ ਦੀ ਠੀਕ ਹੈ ਤੇ ਧਿਆਨ ਕਰਨਾ ਕਿ ਕਾਰੀ ਕੋ ਜਿਹੜਾ ਨਾ ਉਹ ਡਿਸਟਰੀਬਿਊਟ ਰ ਸਹੀ ਕੀਤੇ ਤਰੀਕੇ ਨਾਲ ਕੀਤਾ ਜਾਵੇ ਡਿਸਟ੍ਰਿਬਿਊਟ ਇਸੇ ਕੀਤਾ ਗਿਆ ਹੋਵੇਗਾ ਤਾਂ ਤਦ ਹੀ ਇਹ ਸਾਡੀ ਗੱਡੀ ਜਿਹੜੀ ਹੈ ਸਟੇਵਲ ਰਹੇਗੀ ਠੀਕ ਹੈ ਕਿਉਂਕਿ ਜੇ ਤੁਸੀਂ ਸਹੀ ਤਰੀਕੇ ਨਾਲ ਲਾਹ ਲਦੋਗੇ ਤਾਂ ਫਿਰ ਸਟੈਬਿਲਟੀ ਜਿਹੜੀ ਗੱਡੀ ਹੈ ਉਹਨੂੰ ਪ੍ਰੋਬਲਮ ਹੋ ਉਸਦੇ ਬੈਲੈਂਸ ਨੂੰ ਪ੍ਰੋਬਲਮ ਹੋ ਉਸਦੇ ਕੌਜ਼ਾ ਦੇ ਲਗਾ ਦੂ ਤਾਂ ਡਿੱਗਣ ਤੋਂ ਪ੍ਰੋਬਲਮ ਹੋ ਉਸਦੀ ਇਦਾਂ ਨਹੀਂ ਗਿਆ ਮਹਨਤ ਉਸ ਦੇ ਲਾ ਮਾਰਜੀ ਸਮਾਨ ਜਿਹੜਾ ਉਹ ਡਿੱਗ ਸਕਦਾ ਵੈ ਕੌਜ਼ਾ ਦੇ ਲਫਰੇਨਾਟਾ ਦੀ ਵਿਸੇ ਗੁਇਲਿਬ੍ਰਾਟੇ ਅਨ ਬੈਲੈਂਸ ਬ੍ਰੇਕਾਂ ਹੋ ਸਕਦੇ ਨੇ ਪੈਰੀਕਲੋਸ ਖਤਰਨਾਕ ਹੱਦ ਤੱਕ ਅਨ ਬੈਲੈਂਸ ਬ੍ਰੇਕਾਂ ਹੋ ਸਕਦੀਆਂ ਜੇ ਕਾਰੀ ਕਿਸੇ ਤਰੀਕੇ ਨਾਲ ਡਿਸਟ੍ਰਿਬਿਊਟ ਨਹੀਂ ਕੀਤਾ ਗਿਆ ਦਨਗਿਆ ਵਾਂ ਤੇ ਲਾਇਆਸੀ ਹੋਰ ਤੁਰੇ ਦਾ ਨੁਕਸਾਨ ਵੀ ਹੋ ਸਕਦਾ ਹੈ ਦਨਗਿਆ ਦਨਗਿਆ ਰੇ ਫ੍ਰੇਨੀ ਬ੍ਰੇਕਰ ਨੂੰ ਨੁਕਸਾਨ ਸਸਪੈਂਸ਼ਨ ਨੂੰ ਨੁਕਸਾਨ ਅਮਰਜ਼ਾਤੋਰੀ ਪਹਿਲੀ ਵਾਰ ਚੀਜ ਜੇ ਤੂੜਾ ਉਹਨੂੰ ਨੁਕਸਾਨ ਬ੍ਰੇਕਰ ਨੂੰ ਨੁਕਸਾਨ ਸਸਪੈਂਸ਼ਨ ਨੂੰ ਅਮਰਜ਼ਾਤੋਰੀ ਜੇ ਕਿ ਸ਼ੌਕਰ ਨੇ ਘੜੀ ਦੇ ਸ਼ਾਖ ਨੂੰ ਉਹਨਾਂ ਨੁਕਸਾਨ ਪਹਿਨਮਾ ਚੀਜ਼ ਤੇ ਟਾਇਰ ਨੂੰ ਨੁਕਸਾਨ ਹੋ ਸਕਦਾ ਹੈ ਤੇ ਸ਼ੁਰੂ ਕਰਦੇ ਹਾਂ ਜੀ ਨਿਲ ਦੀਸਪੋਰੇ ਪਿਊ ਕੋਲੀ ਜੇ ਤੁਸੀਂ ਰੱਖਦੇ ਹੋ ਜ਼ਿਆਦਾ ਕੋਲੀ ਜ਼ਿਆਦਾ ਚੀਜ਼ਾਂ ਇਨ ਉਹਨਾਂ ਵਾਨੋ ਇੱਕ ਵਾਨੋ ਦੇ ਵਿੱਚ ਯਾਨੀ ਕਿ ਜ਼ਿਆਦਾ ਚੀਜ਼ਾਂ ਤੁਸੀਂ ਰੱਖਦੇ ਹੋ ਇੱਕ ਤੂੰ ਇੱਕ ਵਾਹਨ ਉਹ ਇੱਕ ਉਹਦੇ ਕਮਰੇ ਦੇ ਵਿੱਚ ਰਮੋਰ ਕੇ ਆਪਣਾ ਟਰੱਕ ਦੇ ਵਿੱਚੇ ਠੀਕ ਹੈ ਤੇ ਬੀਜ਼ੋਨੀਆ ਡਿਸਟ੍ਰਿਬਿਊਰੇ ਲਾਜ਼ਮੀ ਡਿਸਟ੍ਰਿਬਿਊਰੇ ਕਰਨਾ ਹੈ ਇਲ ਪੇਜੋ ਮਿਨੀਰਾ ਪਿਉ ਪੋਸੀਬਿਲੇ ਕਨਫਰਮਾ ਵਜ਼ਨ ਜਿਹੜਾ ਇਸ ਤਰ੍ਹਾਂ ਕਿ ਯੂਨੀਫਾਰਮ ਹੋਵੇ ਇੱਕ ਤਰ੍ਹਾਂ ਦਾ ਵਜ਼ਨ ਹੋਵੇ ਸਭਾ ਪਾ ਲੈ ਯਾਨੀ ਕਿ ਔਰ ਬਾਰੀ ਕੀ ਅਤਰਾ ਵੀ ਤੁਸੀਂ ਫੋਕਸ ਕਰਨਾ ਥੱਲੇ ਹੋਣਾ ਚਾਹੀਦਾ ਦਰਸ਼ਕਾਂ ਵੀ ਹੋਣਾ ਹੈ ਯੂਨੀਫਾਰਮ ਹੋਣਾ ਚਾਹੀਦਾ ਸਭਾਂ ਬਲੀਓ ਠੀਕ ਹੈ ਸਮਾਨ ਵੀਰੋਇਆ ਕੈਨ ਇਲਪਿਊ ਕੋ ਕੋਲੀ ਪਿਊ ਪੀ ਕੋਲੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਬਹੁਤ ਛੋਟੀਆਂ ਡਿਵੈਂਚਿਓ ਨੇ ਸਾਇਜ ਜਿਹੜਾ ਦੇ ਵਨ ਆਇਸ ਰੈਜਿਸਟਰੀ ਵੀਰੋਇ ਡਿਸਟਰੀਬਿਊਟੀ ਐ ਡਿਸਟਰੀਬਿਊਟੀ ਐ ਡਿਸਟਰੀਬਿਊਟ ਕਰਨੀਆਂ ਨੇ ਨਾ ਨਿਲਾ ਮੋਡੋ ਪਿਊ ਓਮੋਜੀਨੀਆ ਇਸ ਤਰ੍ਹਾਂ ਕੇ ਸਹੀ ਇਕਸਾਵਣ ਪੋਸੀਬਲ ਹੈ ਸਿਲਪੀਆ ਨਾਲ ਅਧਿਕਾਰੀ ਕੋ ਪੈਨ ਅਧਿਕਾਰੀ ਕੋ ਇਸ ਤਰ੍ਹਾਂ ਕੇ ਜਿਵੇਂ ਪੋਸੀਬਲ ਹੋਇਆ ਜੇ ਪੈਨੋਕਾਰੀ ਕੋ ਜਿਹੜਾ ਪੈਨ ਉਹ ਜਿੰਨਾ ਓਮੋਜੀਨੀ ਨੀਕੇ ਇਕਸਾ ਹੋਵੇ ਸਭ ਮੌਬਲ ਹੈ ਠੀਕ ਹੈ ਦਰੁਸ ਕੇ ਨ ਵੀਰੋਇਆ ਜਦਿ ਕਰੇ ਯਾਨੀ ਕਿ ਪਿਛਲੇ ਤੁਰੇ ਤੋਂ ਬਾਅਦ ਸਮਾਨ ਰੱਖਦੇ ਹੋਲੇ ਜ਼ਰੂਰਤ ਆਵੇ ਕੋਈ ਨਾ ਸਰੀ ਕਰੇ ਡਿਸਟ੍ਰਿਬਿਊਟ ਇਸੇ ਤਰੀਕੇ ਨਾਲ ਕਰਨਾ ਇਹਨੇ ਕਹਿੰਨੇ ਇਨ ਉਹਨਾ ਹੁਣ Único ਕੋਲ ਉਹਨਾਂ ਦੇ ਕੋਲ ਮੈਂ ਕਿਤੇ ਕਿਹਾ ਸੀ ਇੰਤਰਾਸੇ ਯਾਨੀ ਕਿ ਅਗਲਾ ਜਿਹੜਾ ਤੁਰਾ ਹੁੰਦਾ ਪਿਛਲਾ ਤੁਰਾ ਹੁੰਦਾ ਸੈਂਟਰ ਵਿੱਚ ਹੁੰਦਾ ਇੰਤਰਾਸੇ ਠੀਕ ਹੈ ਜਿਹਨੂੰ ਪਾਸ ਵੀ ਕਹਿੰਦੇ ਨੇ ਕਹਿੰਨੇ ਬਈ ਇਹ ਮੋਲ ਤੋਂ ਪੈਜ਼ਾਨ ਦੇ ਦੇਵੇ ਇਸਰੇ ਪੋਜੀਸ਼ਨਾਂ ਤੋਂ ਲਾਜ਼ਮੀ ਦੀ ਪੋਜੀਸ਼ਨ ਨੂੰ ਜਿਹਦੇ ਨਲ ਪਾਰ ਤੇ ਜਨਤral ਸੈਂਟਰ ਵਾਲੀ ਜਗ੍ਹਾ ਤੇ ਠੀਕ ਹੈ ਅਲਪਿਆਨੋ ਦਲਕਾਰੀ ਕੋ ਪਾਰ ਤੇ ਜਨਤral ਜਿਹੜਾ ਜਿਹੜਾ ਹੈ ਜ਼ਮੀਨ ਉੱਥੇ ਸੈਂਟਰਲ ਚਿਹੜੇ ਤੇ ਪੀਆਨੋ ਜਿਹਦੇ ਕਰੀ ਕੋ ਅਲ ਇੰਟਰਾਸੇ ਦੇ ਅਲ ਅਲ ਇੰਟਰਨ ਦੇ ਇੰਟਰਾਸੇ ਇੰਟਰਾਸੇ ਦੇ ਵਿੱਚ ਹੋਣਾ ਚਾਹੀਦਾ ਯਾਨੀ ਕਿ ਦੋ ਤੂਰੇ ਤੂਰੇ ਵੰ ਦਸੇ ਜੀ ਉਹਨਾਂ ਤੂਰੇਆਂ ਯਾਨੀ ਕਿ ਦੋ ਜਿਹੜੇ ਗੱਡੀ ਦੇ ਹਿੱਸੇ ਸੀ ਅਗਲਾ ਹਿੱਸਾ ਇਹ ਤੇ ਪਿਛਲਾ ਹਿੱਸਾ ਵਗਲੇ ਡੋਟਾ আর ਪਿਛਲੇ ਟੋੜਰ ਉਹਨਾਂ ਦੇ ਸੈਂਟਰ ਵਿੱਚ ਹੋਣਾ ਚਾਹੀਦਾ ਦਰੁਸ ਕਿਨ ਪੇਵਰ ਹੋਇਆ ਉਹਨੋ ਉਨੀ ਕੋ ਕੋਲੋ ਮੋਲਟੋ ਪੀਸਾਂਤੇ ਇਕ ਇਕੋਈ ਪੀਸ ਆ ਮੋਲ ਜ਼ਿਆਦਾ ਪਾਰਾ ਹੈ ਦੇਵੇਸਰੇ ਸਿਸਟੇਮਾਤੋ ਲਾਜ਼ਮੀ ਸਿਸਟੇਮਾਰ ਕਰਨਾ ਹੈ ਸੁਲ ਪਿਆਨੋ ਦੀ ਕਾਰੀਗੋ ਉਤਪੀਲਜਾਤ ਜਿਹੜਾ ਪੈਨ ਕਾਰੀ ਕਰ ਇਸਤਮਾਲ ਕਰਦੇ ਤੁਸੀਂ ਜਿੱਥੇ ਤੁਸੀਂ ਕਾਰੀਗੋ ਰੱਖਣਾ ਉਹ ਵੀ ਪੋਸੀਬਲ ਹੈ ਜਿੱਥੇ ਪੋਸੀਬਲ ਹੋਇਆ ਹੈ ਲੂਗਲ ਇਤਰਾਵੀ ਦੀ ਆਪੋਜੀਓ ਔਰ ਜਿਹੜੀ ਲੂਗਲ ਇਤਰਾਵੀ ਜਿਹੜੀ ਕਿ ਲੰਬੀ ਚੀਜ਼ ਜਿਹੜੀ ਤੁਸੀਂ ਤੁਸੀਂ ਰੱਖਣੀ ਹੈ ਪਹੁੰਚਿਆ ਰਹੇ ਕਰਨੇ ਇੱਕ 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 ਹੀ ਪੀਸ ਹੈ ਜਿਹੜਾ ਉਹ ਕਿਧਰ ਹੈ ਉਹ ਬੁਝਿਆ ਰਹੇ ਕਰਦਾ ਆਵੇ ਠੀਕ ਹੈ ਉਹਨੂੰ ਕਿਸੇ ਯਾਨੀ ਕਿ ਬਨ ਰਣ ਨੂੰ ਵੀ ਟੇਕ ਚੈੱਕ ਇਹ ਵੋ ਸਹੀ ਤਰੀਕੇ ਨਾਲ ਹੋ ਸਕੇ ਦਰਸ਼ਕਾਂ ਵੇਵਰ ਹੋਇਆ ਉਹਨਾਂ ਕੋਲ ਬਹੁਤ ਬਿਜਾਂਦੇ ਇੱਕ ਪੀਚਰਾ ਬਹੁਤ ਜ਼ਿਆਦਾ ਪਾਰਾ ਵੈ ਦੇਵੇ ਇਸ ਤਰ੍ਹਾਂ ਗੋਦ ਮੰਦੇ ਅਨਕੋਰਾਜੋ ਅਨਕੋਰਾਜੋ ਦਨ ਲੰਗਰ ਅੰਦਾਜ਼ ਉਹਨਾਂ ਸੀ ਤਰ੍ਹਾਂ ਬਨਣਾ ਸੀ ਤਰ੍ਹਾਂ ਬਨ ਰਮ ਕੇ ਰੱਖਣਾ ਜੇ ਇੱਕ ਇੱਕ ਪੀਸ ਹੋਵੇ ਤੇ ਤਰੀਕਾ ਉਹਨੂੰ ਸਹੀ ਤਰ੍ਹਾਂ ਬਨਣਾ ਬਨਣਾ ਦੋਣਾ ਤੇ ਹੁੰਦੇ ਹੀ ਹੈ ਨਾ ਠੀਕ ਹੈ ਇਹਦੇ ਕੋਤੋਂ ਮੈਂ ਤੇ ਮناسب ਤਰੀਕੇ ਨਾਲ ਦਰਸ਼ਕਾਂ ਵੀ ਵੇਰ ਹੋਇਆ ਕਿਨੇ ਪਿਊ ਕੋਲੀ ਦੀ ਪਿੱਕ ਕਰਦੇ ਮੈਂ ਜਿਉਂ ਨਹੀਂ ਜ਼ਿਆਦਾ ਪੀਚਰੇ ਦੇ ਛੋਟੇ ਸਾਈਜ਼ਾਂ ਦੇ ਹੋਣੇ ਦੇ ਵਨ ਇਸਰੇ ਕੁੰਚਿਤਰਾ ਤੇ ਉਹਨਾਂ ਨੇ ਉਹਨਾਂ ਨੂੰ ਲਾਜ਼ਮੀ ਤੁਸੀਂ ਰੱਖਣਾ ਮੈਂ ਜਿੰਨ ਕੋ ਨੂੰ ਕਨਸੈਂਟਰੇ ਕਰਨਾ ਹੈ ਨਿਹਲਾ ਪਾਰਟ ਅੰਤਰੀਅਰ ਅਗਲੀ ਸਾਈਡ ਤੇ ਅਗਲੀ ਸਾਈਡ ਤਾਂ ਕਾਤੂ ਰੱਖਣਾ ਯਾਰ ਅਗਲੀ ਸਾਈਡ ਤਾਂ ਵੀ ਨਹੀਂ ਰੱਖਣਾ ਪਿਛਲੀ ਸਾਈਡ ਤਾਂ ਵੀ ਕੋਮਣ ਉਹ ਵੀ ਨਹੀਂ ਰੱਖਣਾ ਹੈ ਵੀ ਉਹਨੂੰ ਡਿਸਟਰੀਬਿਊਟ ਕਰਨਾ ਹੈ ਇਸੇ ਤਰੀਕੇ ਨਾਲ ਜਿੱਥੇ-ਜਿੱਥੇ ਚਾਹੀਦਾ ਠੀਕ ਹੈ ਇੰਤਰਾ ਸਿੱਧੂ ਸਮਾਨ ਰੱਖਣਾ ਹੈ ਅਗਲੀ ਸਾਈਡ ਤੇ ਔਰ ਪਿਛਲੀ ਸਾਈਡ ਤੇ ਵੀ ਠੀਕ ਹੈ ਡਿਸਟ੍ਰਿਬਿਊਟ ਕਰਨਾ ਹੈ ਇਸੇ ਤਰੀਕੇ ਨਾਲ ਜਿਵੇਂ ਅਸੀਂ ਫੋਟੋ ਜੁਇਜ਼ ਕਰਕੇ ਕਹਿੰਦੇ ਭਈ ਇੰਤਰਾ ਅੰਤਰੀਅਰ ਦਿਲ ਪਿਆਨਾ ਕਰੀ ਕੋ ਗਲਤ ਕਹਿੰਦੇ ਫਾਲਸ ਹੋਇਆ ਆਈ ਕਹਿੰਦੇ ਇਫ ਯੂ ਕਾਲੀ ਵੀ ਕੋਲੀ ਜੀ ਜਿਆਦਾ ਛੋਟੇ 70 روپے ਚੀਜ਼ਾਂ پیس ਹੁੰਦੇ ਨੇ ਡਿਮੈਂਸ਼ਨ ਨੇ ਛੋਟੇ ਸਾਈਜ਼ ਨੇ ਦੇਵਨਾਇਸਰੇ ਕਨਸੈਂਟ੍ਰਾਤੀ ਨਾਲ 파르ਤੇ ਪੋਸਤਰੀਅਰ ਪਿਛਲੀ ਸਾਈਡ ਤੋਂ ਜਿਹਦੇ ਨੇ ਪੈਨ ਕਰੀ ਗਾਉ ਕਹਿੰਦੇ ਪੈਨ ਕਰੀ ਕੋ ਜਿਹੜਾ ਇਹ ਇਹਦਾ ਪਿਛਲੀ ਸਾਈਡ ਤੋਂ ਹੋਣਾ ਚਾਹੀਦਾ ਯਾਨੀ ਕਿ 파르ਤੇ ਪੋਸਤਰੀਅਰ ਹੋਣਾ ਚਾਹੀਦਾ ਵਜ਼ਨ ਗਲਤ ਕਿਨਫਾਲਸ ਪਿਛਲੀ ਸਾਈਡ ਤੇ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਸਹੀ ਡਿਸਟ੍ਰਿਬਿਊਟ ਕੀਤਾ ਜਾਣਾ ਚਾਹੀਦਾ ਹੈ ਕਰੈਕਟ ਤਰੀਕੇ ਨਾਲ ਇਸ ਕਰਕੇ ਇਹ ਵੀ ਗਲਤ ਕਿਨਫਾਲਸ ਹੋਇਆ ਉਹਨਾਂ ਉਨੀ ਕੋ ਕੋਲੋ ਮੋਲਟਾ ਬਿਦੰਦੇ ਇੱਕ ਜਿਹੜਾ ਪੀਸ ਹੈ ਬਹੁਤ ਜ਼ਿਆਦਾ ਪਾਰਾ ਦੇ ਵੀ ਐਸਰੇ ਸਪੋਜੀਸ਼ਨਾਟੋ ala stermita andriore ਆਲਾ ਪੈਨੋ ਕਿਨੈ ਇਸ ਤਰਮੀਦਾ ਲਿਮਿਟ ਦੇ ਵਿੱਚ ਅੰਤਰੀਓ ਰਗਲੀ ਦੇ ਵਿੱਚ ਦੱਲ ਪੈਨੋ ਕਾਰੀ ਕੋ ਕਹਿੰਦੇ 21 ਪੀਸ ਹੋਇਆ ਉਹ ਅਗਲੇ ਛੈਡ ਜਿਹੜੀ ਉਹਦੇ ਲਿਮਿਟ ਦੇ ਅੰਦਰ ਰੱਖਣੀ ਚਾਹੀਦੀ ਹੈ ਦੇਖੋ ਜੀ ਜੇ 21 ਪੀਸ ਹੈ ਉਹਨੂੰ ਯੂਨਿਕੋ ਕੋ ਲੋ ਹੈ ਤੇ ਫਿਰ ਉਹ ਇੰਤਰਾਸੇ ਵਿੱਚ ਉਸੇ ਤੋਂ ਬੜਿਆ ਸੀ ਨਾ ਪਾਸੋ ਵਿੱਚ ਰੱਖਣਾ ਚਾਹੀਦਾ ਠੀਕ ਹੈ ਦੋਵਾਂ ਤੂਰੀਆਂ ਦੇ ਦੋਵੇਂ ਸਿਰ ਦੇ ਦਰਮਿਆਨ ਰੱਖਣਾ ਚਾਹੀਦਾ ਇਸ ਕਰਕੇ ਨਾਗਲੀ ਸਾਈਡ ਤੇ ਇਸ ਤਰਮੀਦਾ ਅਗਲੀ ਸਾਈਡ ਤੇ ਇਸ ਤਰਮੀਦਾ ਪਿਛਲੇ ਪੋਸਟਰੀਓਰੇ ਵੀ ਨਹੀਂ ਹੋਣਾ ਇਸ ਤਰਮੀਦਾ ਅੰਤਰੀਓਰੇ ਵੀ ਨਹੀਂ ਅਸਰਮੀਤ ਇਸ ਤਰਮੀਤਾ ਬਸਰੀਰ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਅੰਤਰੀਰ ਕਹਿੰਦੇ ਨੇ ਬੇਗਲਤ ਕਿਨੇ ਫਾਲਸ ਹੋਇਆ ਹਾਂਜੀ ਤੇ ਕਹਿੰਦੇ ਨੇ ਬੇਗਲਤ ਨੋ ਨੰਬਰ ਕੁਐਸਚਨ ਹੈ ਕਹਿੰਦੇ ਵੀ ਉਹਨਾ ਉਹ ਨਹੀਂ ਕੋ ਕਾਰੀ ਕੋ ਮੋਲ ਤੋਂ ਪਿਜ਼ਾਂ ਤੇ ਇੱਕ ਬਹੁਤ ਜ਼ਿਆਦਾ ਭਾਰਾ ਜਿਹੜਾ ਸਮਾਨ ਹੈਗਾ ਪਿਆ ਹੋਇਆ ਹੋਇਆ ਪੋਇਸਰੇ ਪੋਜੀਸ਼ਨਾ ਤੋਂ ਇਨਡਿਫਰੈਂਟ ਹੈ ਮੈਂ ਦੇਖ ਕੇ ਨਾ ਲੱਗ ਰੱਖ ਸਕਦੇ ਤੁਸੀਂ ਇਨਡਿਫਰੈਂਟ ਹੈ ਮੈਂ ਤਾਂ ਯਾਨੀ ਕਿ ਬਿਨਾ ਕਿਸੇ ਫਰਕ ਦੇ ਤੁਸੀਂ ਰੱਖ ਸਕਦੇ ਹੋ ਜਿੱਥੇ ਦਿਲ ਕਰੇ ਅਲੇ ਇਸਤਰਮੀਦਾ ਅੰਤਰੀਓਰ ਹੈ ਅਗਲੇ ਬਾਹਰਲੇ ਸਾਈਡ ਤੇ ਅਗਲਾ ਬਾਹਰਲੀ ਆਖਰੀ ਜਿਹੜੀ ਸਾਈਡ ਹੁੰਦੀ ਉਹਦੇ ਤੱਕ ਗੱਲ ਕਰ ਰਹੇ ਹੁੰਦੇ ਨੇ ਅਲੇ ਤਰਮਿਤਾ ਪੋਸਟਰੀਅਰ ਹੋਰ ਬਾਅਦ ਪਿਛਲੀ ਜਿਹੜੀ ਸਾਈਡ ਦਾ ਐਂਡ ਤੱਕ ਰੱਖਦੇ ਯਰ ਸਭ ਤੋਂ ਐਂਡ ਤੇ ਜਾ ਕੇ ਪਸਪਾਲ ਤੋਂ ਸ਼ੁਰੂ ਹੋ ਜਾਂਦਾ ਨਾ ਅਲਪੀਆ ਨੂੰ ਕਰਾਈ ਗਾਓ ਪੈਨੋਕਲ ਦਰਕਾਰੀ ਕੋ ਗਲਤੀ ਨੇ ਫਾਲਸ ਹੋਇਆ ਉਹਨਾਂ ਨੂੰ ਕੋਲਮ ਹੋਦਾ ਬਜੰਦੇ ਹੁੰਦੀ ਹੈ ਨਾ ਉਹਨੂੰ ਵੀ ਤਰ੍ਹਾਂ ਸੇ ਰੱਖਣਾ ਹੁੰਦਾ ਜਿਵੇਂ ਅਸੀਂ ਪਿੱਛੇ ਦੇਖ ਕੇ ਆ ਕੇ ਚੁੱਕੇ ਹੋਏ ਆ ਅਸੀਂ ਪੜ ਗਿਆ ਚੁੱਕੇ ਹੋਏ ਆ ਇਸ ਕਰਕੇ ਇਹ ਵੀ ਗਲਤੀ ਨੇ ਫਾਲਸ ਹੋਇਆ ਉਹਨਾਂ ਨੂੰ ਕੋਲਮ ਹੋਦਾ ਬਜੰਦੇ ਜੀ ਬਹੁਤ ਜ਼ਿਆਦਾ ਭਾਰੀ ਚੀਜ਼ ਹੋਵੇ ਤੇ ਵੈਸੇ ਸਹੀ ਸਪੋਜੀਸ਼ਨਾਤ ਉਹ ਰੱਖਣੀ ਚਾਹੀਦੀ ਹੈ ਇਸ ਤਰਮੀਤਾ ਬਾਹਰਲੇ ਐਂਡ ਤੇ ਪੋਸਟਰੀਅਰ ਪਿਛਲੇ ਸਾਈਡ ਤੇ ਗਲਤ ਕੰਨਫਾਲਸ ਹੋਇਆ ਨਾ ਅੰਤਰੀਓਰੇ ਨਾ ਪੋਸਟਰੀਓਰੇ ਇਹ ਗਲਤ ਕੰਨਫਾਲਸ ਹੋਇਆ ਠੀਕ ਹੈ ਕਿਉਂਕਿ ਉਹਨੂੰ ਕੋਲ ਮਲਜ਼ਮ ਬਜਾਉਂਦੇ ਨਾ ਠੀਕ ਹੈ ਇਹ ਇੱਕ ਜ਼ਿਆਦਾ ਚੀਜ਼ਾਂ ਉਹ ਤੇ ਡਿਸਟ੍ਰਿਬਿਊਟ ਕਰਨੀਆਂ ਜਿਵੇਂ ਕਿ ਪ੍ਰੋਪਰ ਜੈਨੂਨ ਤਰੀਕਾ ਕਰ ਜਿਵੇਂ 40 ਦੱਸਿਆ ਹੋਇਆ ਅਗਲੇ ਆ ਇਫਿਨੀ ਦੀ ਦਲਾ ਸਕੋਰਜ਼ਾ ਸਕੋਰਟੀ ਦੇ ਲਈ ਕੋਰੇ ਰੀਪਾਰਟਿਰੇ ਲਾਜ਼ਮੀ ਡਿਸਟ੍ਰਿਬਿਊਟ ਕਰੋ ਕੋਰੇ ਤਮੈ ਤਲਕਾਰੀ ਕੋ ਸਹੀ ਤਰੀਕੇ ਨਾਲ ਕਾਰੀ ਕੋ ਪਰ ਐਵੀਤਾਰੇ ਇਲ ਸੋਬਰਾ ਕਾਰੀ ਕੋ ਸੁਲਿਆਸੀ ਵੀ ਬਚ ਸਕੇ ਓਵਰਲੋਡ ਹੋਣ ਤੋਂ ਤੂਰਿਆਂ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਜੇ ਜਿਵੇਂ ਫੋਟੋ ਵੀ ਦੱਸੀ ਦੱਸਿਆ ਸੀ ਜਿੱਦੇ ਲਿਖਿਆ ਹੋਇਆ ਹੈ ਪਰ ਤੀਰੇ ਦਾ ਕੋ ਰਤਾ ਮੈਂ ਤੋਂ ਕਾਰੀ ਕੋ ਸਹੀ ਤਰ੍ਹਾਂ ਲਿਖਣ ਜਿਹੜਾ ਡਿਸਟ੍ਰਿਬਿਊਟ ਕਰਨਾ ਕਾਰੀ ਕੋ ਨੋਨ ਸੋਬਰਾ ਕਾਰੀ ਕੋ ਦਿਆ ਸੀ ਇੱਕ ਤੂ ਇੱਕ ਤੂਰੇ ਦੇ ਸਮਾਂ ਵਿੱਚ ਉਹ ਵਧਣਾ ਨਹੀਂ ਚਾਹੀਦਾ ਵੀ ਸਮਾਂ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਿੰਗਲ ਟਾਇਰ ਹੋਣ ਪਹਿਲੇ ਤੂਰੇ ਦੇ ਉੱਤੇ ਪਹਿਲਾ ਤੂਰੇ ਨਿਸ਼ਾਨ ਪਿਆ ਹੋਇਆ ਨਾ ਇਦੇ ਵਿੱਚ 8000 ਕਿਲੋ ਔਰ ਡਬਲ ਸਿੰਗਲ ਟਾਇਰ ਔਰ ਡਬਲ ਟਾਇਰ ਦੇ ਵੀ 8000 ਕਿਲੋ ਜੇ ਦੂਜੇ ਧੂਰੇ ਦੇ ਤਾਂ ਪਹਿਲ ਸਿੰਗਲ ਟਾਇਰ ਸਿੰਗਲ ਟਾਇਰ ਵੀ 8000 ਔਰ ਡਬਲ ਟਾਇਰ ਵੀ 8000 ਤੀਜੇ ਧੂਰੇ ਦੇ ਹੁੰਦਾ ਹੈ ਫਰਕ ਪੈਂਦਾ ਹੈ ਕਿ ਤੀਜੇ ਧੂਰੇ ਅੰਦਰ ਆ ਰਹੇ ਨਾ ਤੂੰ ਦੂਜਾ ਤੀਜਾ ਚੌਥਾ ਇਕੱਠੇ ਨਜ਼ਰ ਆ ਰਹੇ ਨੇ ਕਹਿੰਦਾ ਉਹਦੇ ਹੁੰਦਾ ਹੈ ਦੂਜੇ ਧੂਰੇ ਹੁੰਦਾ ਹੈ 95 100 ਕਿਲੋ ਔਰ ਜਿਹੜਾ ਸਿੰਗਲ ਟਾਇਰ ਹੈ ਡਬਲ ਟਾਇਰ 13000 ਕਿਲੋ ਤੱਕ ਵਜ਼ਨ ਪਾਸ ਕਰ ਦਿਓ ਚੌਥੇ ਧੂਰੇ ਦੇ 95 ਕਿਲੋ ਸਿੰਗਲ ਟਾਇਰ ਉਹ ਡਬਲ ਟਾਇਰ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲੇ ਵੀ ਕਿੰਨਾ ਤਾਂ ਜੀ ਵਜ਼ਨ ਪਾ ਸਕਦੇ ਹੋ 13000 ਕਿਲੋ ਠੀਕ ਹੈ ਜੀ ਇਹ ਜੀ ਤਰੀਕਾ ਕਰ ਇਹਦੇ ਬਾਰੇ ਹੀ ਸੀ ਕੁਐਸਚਨ ਪੜ੍ਹਨੇ ਯਾਨੀ ਕਿ ਇੱਕ ਹੁਣ ਧੂਰਿਆਂ ਦੀ ਗੱਲ ਆ ਗਈ ਹੈ ਇੱਕ ਆਸੇ ਦੀ ਇੱਕ ਹਿੱਸੇ ਦੀ ਗੱਡੀ ਦੇਦੀ ਠੀਕ ਹੈ ਕਹਿੰਦੇ ਇਫੀ ਨੇ ਦੀ ਸਕਿਉਰਿਟੀ ਦੀ ਲਈ ਕੋਰੇ ਰਿਪਾਰਟੇ ਲਾਜ਼ਮੀ ਰੱਖੋ ਤੁਸੀਂ ਕਰਤਾ ਮੈਂ ਤੇ ਕਰੀ ਕੋਰੈਕ ਤਰੀਕਾ ਨਾ ਕਰੀ ਕੋਰਲ ਦੋ ਪਰ ਐਵਿਟਾਰੇ ਐਵਿਟਾਰੇ ਸੋਵਰਾਕਾਰਿਕੋ ਸੁਲਾਸੀ ਵਿਤੂਰਿਆਂ ਦੇ ਉੱਤੇ ਓਵਰਲੋਡ ਹੋਣ ਤੋਂ ਬਚ ਸਕੇ ਦਰੁਸ ਕਿੰ ਆ ਮੇਵਰ ਹੋਇਆ ਜ਼ਾਰੀ ਗੱਲ ਹੈ ਇੱਕ ਤੂਰੇ ਦੇ ਉੱਤੇ ਇੱਕ ਲਿਮਿਟ ਦੇ ਅੰਦਰ ਅੰਦਰ ਤੁਸੀਂ ਅੰਡਰ ਤੁਸੀਂ ਸਮਾਨ ਰੱਖਣਾ ਲਦਣਾ ਹੁੰਦਾ ਹੈ ਇਹ ਫਿਨੇ ਦੇ ਅਸਕੋਰੀਜ਼ਰ ਨੋਨ ਸੀ ਦੇ ਬਨੋ ਸੁਪੇਰੇਰ ਲਾ ਮਾਸਾ ਮੈਕਸੀਮਾ ਅਮੇਸਾ ਸੁਲੇ ਅਸੀ ਸਿਕਿਉਰਟੀ ਦੇ ਲਈ ਨੋਨ ਸੀ ਦੇ ਬਨੋ ਸੁਪੇਰੇਰ ਵਦੈਨਾ ਹੈ ਵੀ ਸਮਾਨ ਜੇ ਮਾਸਾ ਮਾਸੇ ਮੈਕਸਿਮਮ ਜਿਹੜਾ ਵਜ਼ਨ ਇੰਡੀਕੇਟ ਕਰਦੇ ਨੇ ਮੇ ਸੂਲ ਆਸੀ ਧੂਰੇ ਦੇ ਹੁੰਦਾ ਜਿੰਨਾ ਇੰਡੀਕੇਟ ਕਰਦੇ ਆ ਇੱਕ ਧੂਰੇ ਇੱਕ ਹਿੱਸੇ ਦੇ ਲਈ ਗੱਡੀ ਦੇ ਲਈ ਦੋ ਟੈਰਾਂ ਨੂੰ ਲਾ ਕੇ ਇੱਕ ਇਸਵਾਈਆਂ ਇੱਕ ਧੂਰਾ ਕਹਿੰਦੇ ਨੇ ਨਾ ਠੀਕ ਹੈ ਇੱਕ ਇਸਾਇਸੀ ਕਹਿੰਦੇ ਨੇ ਆ ਇੰਡੀਆ ਦੇ ਵਿੱਚ ਇੱਕ ਧੂਰਾ ਕਹਿੰਦੇ ਨੇ ਠੀਕ ਹੈ ਉਹਦੇ ਵਿੱਚ ਇੱਕ ਧੂਰੇ ਤੋਂ ਵਜ਼ਨ ਨਹੀਂ ਮਤਲਬ ਵਧਣਾ ਚਾਹੀਦਾ ਜਿੰਨਾ ਇੰਡੀਕੇਟ ਕਰਦੇ ਨੇ ਦਰਸ਼ਕਾਂ ਬੇਪਰ ਹੋਇਆ ਹਰ ਇੱਕ ਦਿੱਲੀ ਮੜੇ ਨਾ ਜਿਵੇਂ ਅਸੀਂ ਤੋ ਦੇਖੀਆ ਵੇ ਇਫੀਨੈਸਿਕਓਰੀਜ਼ਾਸਕੋਟੀ ਦੇ ਲਈ ਨੋਨ ਸਿਦੇ ਵਨੋਕਰਨ ਕਨਸੈਂਟਰਾਰੇ ਇਲ ਕਾਰੀ ਕੋ ਸੂਲ ਸਪਾਲਜ਼ੋ ਪੋਸਟਿਓਰਲ ਵਿਗੋਲੀ ਕੈਨੇ ਸਪਾਲਜ਼ੋ ਪੋਸਟਿਓਰ ਪਿਛਲੇ ਸਪਾਲ ਯਾਨੀ ਕਿ ਨੀ ਰੱਖਣਾ ਚਾਹੀਦਾ ਤੁਸੀਂ ਨੋਨ ਕਨਚਿੰਤਰਾ ਰਹੀ ਯਾਨੀ ਕਿ ਸਮਾਨ ਦਾ ਫੋਕਸ ਜਿਹੜਾ ਸਮਾਨ ਦਾ ਵਜ਼ਨ ਦਾ ਜਿਹੜਾ ਕਨਸੈਂਟਰੇਸ਼ਨ ਜਿਹੜੀ ਹੈ ਪਿਛਲੇ ਸਵਾਲ ਤੋਂ ਨਹੀਂ ਹੋਣਾ ਸਵਾਲ ਤੋਂ ਅਗਲੇ ਤੇ ਵੀ ਨਹੀਂ ਹੋਣਾ ਚਾਹੀਦਾ ਪਿਛਲੇ ਤੇ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਨਾਰਮਲ ਹੈ ਤੇ ਸਾਨੂੰ ਪਤਾ ਹੀ ਹੈ ਦਰਸ਼ਕਾਂ ਵੀ ਵੇਖ ਰਹਾ ਹੈ ਇ ਫੀਨੋ ਦੇ ਲਾਸ ਕਿਉਰੀ ਦਲੇ ਵਿਸੋਨੀ ਅਵਿਟਾਰੇ ਲਾਜ਼ਮੀ ਤੁਸੀਂ ਬਚੋ ਕੇ ਜੀ ਅ ਗਾਂਚਿਆ ਰਹੇ ਹੋ ਨਰ ਮੋਰਕਿਓ ਪਾਲਰ ਮੋਟ੍ਰੀਚੇ ਵੀ ਇੱਕ ਗਾਂਚਿਆ ਰਹੇ ਕਰਨੇ ਰਿਮੋਰਕਿਓ ਕਿ ਮੋਟਰ ਦੇ ਨਾਲ ਕਰਨ ਦੂਰ ਗਾਂਚਿਆ ਰਹੇ ਬਕਰਨ ਤੋਂ ਬਚੋ ਯਾਰ ਸਕਿਉਰਟੀ ਦੇ ਲਈ ਕੋਈ ਮਸਲਾ ਨਹੀਂ ਹੁੰਦਾ ਵੀ ਰਿਮੋਰਕਿਓ ਦਾ ਔਰ ਰਿਮੋਰਕਿਓ ਗੰਚਿਆਰ ਕਰਨਾ ਮੋਟਰ ਦੇ ਨਾਲ ਜਾਂ ਤੇ ਰਿਜ਼ਾ ਤਾਂ ਠੀਕ ਹੈ ਨਾਰਮਲ ਸਿਸਟਮ ਹੈ ਜਤਰਾ ਤੇ ਫਿਰ ਕੋਈ ਮਸਲਾ ਕੋਈ ਪ੍ਰੋਬਲਮ ਨਹੀਂ ਹੈ ਵੀ ਅ ਗੰਚਿਆਰ ਕਰਨ ਵਿੱਚ ਜੇ ਸਫਲ ਹੋਇਆ ਇਫੀਨੇ ਦੇ ਲਈ ਸਕਿਉਰਟੀ ਦੇ ਲਈ ਇਲਕਾਰੀ ਕੋ ਦੇਵੇਸਰੇ 디スポਸਟੋ ਵਰਟੀਕਲਮੈਂਟੇ ਐਡ ਹਰੀਜ਼ਨਟਲਮੈਂਟੇ ਕਹਨੇ ਵਰਟੀਕਲ ਔਰ ਹਰੀਜ਼ਨਟਲ ਪੋਜੀਸ਼ਨ ਵਿੱਚ ਰਹਿਣਾ ਚਾਹੀਦਾ ਹੈ ਐ ਦੇਖੋ ਜੀ ਹੋਰੀਜ਼ਨਟਲ ਪੋਜੀਸ਼ਨ ਵਿੱਚ ਜੋ ਹਵਾ ਦਾ ਵਧੀਆ ਹੁੰਦਾ ਹੈ ਵਰਟੀਕਲ ਪੋਜੀਸ਼ਨ ਵਿੱਚ ਸਮਾਨ ਉੱਚਾ ਹੋ ਜਾਏ ਤਾਂ ਮਸਲਾ ਹੋਵੇਗਾ ਨਾ ਕਿਉਂਕਿ ਇਹ ਨਾਲ ਦਾ ਮਹਿੰਤੋ ਜਿਹੜਾ ਬਾਹਰੀ ਜੰਦਰ ਹੋਇਆ ਉਹ ਵੀ ਪ੍ਰੋਬਲਮ ਕ੍ਰੀਏਟ ਕਰਦਾ ਹੈ ਜੇ ਸਮਾਨ ਉੱਚਾ ਹੋਵੇਗਾ ਤੇ ਤੁਹਾਨੂੰ ਕੀ ਪ੍ਰੋਬਲਮ ਹੋਵੇਗੀ ਜ਼ੈਰੀ ਗੱਲਾਂ ਮੋੜਾਂ ਤੋਂ ਸਮਾਨ ਜਿਹੜਾ ਬਾਹਰ ਖਿੱਚ ਪਾਵੇਗੀ ਠੀਕ ਹੈ ਰਵਾਲ ਤਾਂ ਮਹਿੰਤ ਹੋਵੇਗੀ ਵੀ ਸਥਿਰਤਾ ਵਿੱਚ ਫਰਕ ਪਵੇ ਜਿਹੜਾ ਵੈਸੇ ਅੱਗੇ ਪੜਨਾ ਵੀ ਹੈ ਠੀਕ ਹੈ ਇਸ ਕਰਕੇ ਕੁਐਸਚਨ ਗਲਤ ਕਿਨਪਾਸ ਹੋਇਆ ਇਸ ਪੋਜੀਸ਼ਨ ਨੇ ਵਰਟੀਕਲ ਹੈ ਦੇ ਹਰੀਜ਼ਨਟਲ ਕਿਨ ਬੀ ਫਿਨਿਸ਼ ਸਿਕਿਉਰਿਟੀ ਲਈ ਕਰੀ ਕੋ ਦੇ ਵੇਸ ਤਰ੍ਹਾਂ ਸਪੋਸ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰੀਜ਼ਨਟਲ ਪੇ ਇਸ ਉਹਦੇ ਵਿੱਚ ਉਹ ਵੇ ਸ਼ੇਪ ਦੇ ਵਿੱਚ ਉੱਤੇ ਕਰਕੇ ਸਮਾਨ ਜ਼ਿਆਦਾ ਨਾ ਰੱਖਿਆ ਗਿਆ ਹੋਵੇ ਉੱਤੇ ਕਰਕੇ ਦੀ ਪ੍ਰੋਬਲਮ ਕੀ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਜੇ ਤੁਸੀਂ ਉੱਤੇ ਰੱਖੋਗੇ ਸਮਾਨ ਸਭ ਤੋਂ ਪਹਿਲੇ ਫਵਰੀ ਸ਼ੇਰ ਵਾਲ ਤਾਂ ਮੈਂ ਤੁਹਾਨੂੰ ਕੋ ਰਬਲਟਮੈਂਟ ਹੋਵੇਗੀ ਚੋਲ ਖਾਈ ਗਈ ਗੱਡੀ ਬਾਹਰ ਨੂੰ ਠੀਕ ਹੈ ਫਿਰ ਸਟੈਬਿਲਟੀ ਖਰਾਬ ਹੋਵੇਗੀ ਗੱਡੀ ਦੀ ਠੀਕ ਹੈ ਇਸ ਦਾ ਬਿਲਤਾ ਤਲ ਮਾਰ ਚਾਹੀਏ ਨਹੀਂ ਕਿ ਔਰ ਇਸ ਕਰਕੇ ਸਮਾਨ ਜਿਹੜਾ ਡਿਸਟ੍ਰਿਬਿਊਟ ਕਰ ਕਰੈਕਟਲੀ ਕਰਨਾ ਹੈ ਔਰ ਕੋਸ਼ਿਸ਼ ਕਰਨੀ ਹੈ ਥਵਲੇ ਨੀਵਾ ਕਰਕੇ ਹੋਵੇ ਕਿੰਨੇ ਇਹ ਨਾਲ ਦਾ ਅਨਲ ਜ਼ਾਰੇ ਵਾਲੀ ਬਾਰੀ ਚੰਦਰ ਇਹ ਬਾਰੀ ਚੰਦਰ ਤੁਸੀਂ ਉੱਤਰ ਰੱਖਦੇ ਹੋ ਠੀਕ ਹੈ ਉੱਚੀ ਰੱਖਦੇ ਹੋ ਠੀਕ ਹੈ ਬਾਰੀ ਚੰਦਰ ਜੇ ਨਾ ਜੇ ਵਜ਼ਨ ਤੁਸੀਂ ਬਾਰੀ ਬਾਰੀ ਚੰਦਰ ਜਿਹੜਾ ਗੱਡੀ ਦਾ ਉਹ ਤੁਸੀਂ ਉੱਚਾ ਬਣਾਉਂਦੇ ਹੋ ਜੇ ਉੱਚਾ ਬਣਾਓਗੇ ਜ਼ਰੀ ਗੱਲ ਮੋੜਾ ਪ੍ਰੋਬਲਮ ਹੋ ਗਈ ਤੇ ਬਿਲਕੁਲ ਗੱਡੀ ਦਾ ਨੇ ਫਵਰੀਸ਼ ਹੈ ਫਵਰੀਸ਼ ਹੈ ਯਾਨੀ ਇਹ ਆਸਾਨੀ ਪਤਾ ਕਰੇਗਾ ਰੇਵਲ ਤਾਂ ਮੈਂ ਤੁਹਾਨੂੰ ਗੁਰਾ ਗੱਡੀ ਵਿੱਚ ਗੱਡੀ ਨੂੰ ਝੋਲ ਖਾਣ ਦੇ ਬਾਹਰਲੀ ਸਾਈਡ ਤੇ ਯਾਨੀ ਕਿ ਜਿਹੜਾ ਹੁੰਦਾ ਨਾ ਚੈਂਟਰੀ ਫੁਗਾਉਣਾ ਉਹਨੂੰ ਉਹ ਹੋਣ ਦੇ ਵਿੱਚ ਮੋੜਾਂ ਤਾਂ ਇਹ ਆਸਾਨੀ ਪੈਦਾ ਕਰੇਗਾ ਦ੍ਰਿਸ਼ਕਿੰ ਬੇਵਿਰ ਹੋਇਆ ਇਨਾਲ ਜ਼ਮੈਂ ਇੰਦਾਲੇ ਵਾਰਜੰਦ ਰਹੀ ਵਾਰਜੰਦ ਰੂਤਾ ਹੋਇਆ ਇਨਕੇ ਸਮਾਨ ਵਰਟੀਕਲ ਪੋਜੀਸ਼ਨ ਵੀ ਉੱਚਾ ਕਰਕੇ ਲੱਦੇ ਹੋਇਆ ਇਧਰ ਵੀ ਕੋਲੀ ਗੱਡੀ ਦਾ ਪੋ ਕੰਪਰੋਮਿਟੇਰ ਰਿਸਕ ਵਿੱਚ ਪੈਸੇ ਦਾ ਸਥਿਰਤਾ ਦੇ ਮਾਰਚਿਆ ਗੱਡੀ ਦੇ ਚੱਲਣ ਨੂੰ ਸਟੈਬਿਲਟੀ ਨੂੰ ਇਹ ਰਿਸਕ ਵੀ ਪਾ ਸਕਦਾ ਦ੍ਰਿਸ਼ਕਿੰ ਬੇਵਿਰ ਹੋਇਆ ਇਨਾਲ ਜ਼ਾਰੇ ਬਾਰੀ ਚੈਂਤਰ ਦਲਵੀ ਕੋਲ ਆਲਸੋ ਓਤੋਣਾ ਬਾਰੀ ਚੈਂਤਰ ਗੱਡੀ ਦਾ ਉਵੇਂ ਤਲਾ ਸਥਿਰਤਾ ਦੇ ਮਾਰਚਿਆ ਮੈਂ ਤਾਂ ਵਧਾਏਗਾ ਸਟੈਬਿਲਟੀ ਸਵਬ ਸਟੇਬਿਲਤਾ ਮਰਚੀ ਅਸਟਬਿਲਤਾ ਮਰਚੀ ਵਧਾਏਗਾ ਨਹੀਂ ਹੈ ਡਿਮਿਨਿਸ਼ ਘਟਾਏਗਾ ਉਲਟਾ ਇਸ ਕਰਕੇ ਫਾਲਸ ਹੋ ਇਨ ਹਲਜ਼ਾਰੇ ਬਾਰੀ ਚਾਂਤਰੋ ਦਲ ਵੀ ਕੋਲੋ ਜੇ ਬਾਰੀ ਚਾਂਤਰੋ ਹਲਜ਼ੋ ਹੋਵੇ ਉੱਤੇ ਹੋਵੇ ਡਿਮਿਨਿਸ਼ ਇਫੈਕਟ ਦਲਾ ਫੋਰਸ ਚੈਂਟਰੀਫੁਗਾ ਫਿਕਨੇ ਫੋਰਸ ਚੈਂਟਰੀਫੁਗਾ ਜਿਹੜਾ ਹੈ ਨਾ ਇਹ ਡਿਮਿਨਿਸ਼ ਘਟੇਗਾ ਹੀ ਦਾ ਇਫੈਕਟ ਘਟੇਗਾ ਗਲਤ ਕਿਨੇ ਬੇਫਾਲ ਹੋਇਆ ਚੈਂਟਰੀ ਫੁਕਾ ਹੁੰਦਾ ਹੈ ਉਹ ਗੱਡੀ ਨੂੰ ਬਾਹਰ ਤੱਕ ਖਿੱਚ ਪੈਣੀ ਉਹ ਤਾਂ ਵਧੇਗਾ ਨਾ ਇਹ ਘਟੇਗਾ ਥੋੜੀ ਵਧੇਗਾ ਇਸ ਕਰਕੇ ਫਾਲਸ ਹੋ ਹੈ ਕਿਨੇ ਬੇ ਕਾਰੀ ਕੋ ਜਿਹੜਾ ਹੈ ਦੇਵੇ ਐਸਰੇ ਸਿਸਟਮਾਟੋ ਨਿਵੋਦੋ ਕਾਰੀ ਕੋ ਸਿਸਟਮਾਰਿਕ ਨੈਸਟਰਾ ਦਾਵਿਟਾਰੇ ਸੋਵਰਾ ਕਾਰੀ ਕੋ ਓਵਰਲੋਡ ਹੋਣ ਦੁਬਈ ਸਕੇ ਸੂਯਾ ਉਹਨਾਂ ਦੇਈ ਦੂਏ ਆਸੀ ਇੱਕ ਦਰੇ ਦੋ ਧੋਰਨ ਵਾਲੀ ਗੱਡੀ ਹੈ ਉਹਦੇ ਵਿੱਚੋਂ ਦਰਸ਼ਕ ਇਹ ਦਰਸ਼ਕਾਂ 'ਤੇ ਵੇਰ ਹੋਇਆ ਦੋ ਧੋਰੂ ਗੱਡੀ ਜਿਹੜੀ ਹੈ ਨਾ ਸਿਸਟਮ ਆ ਰਿ ਕਰਨੇ ਦੇ ਵੇ ਐਸਰੇ ਐਸਰੇ ਦੇਸ ਪਰਾਂ ਜਿਹੜੇ ਨਾ ਨਿਕੜੇ ਹੋਏ ਨੇ ਜੇ ਕਿਤੇ ਕੋਈ ਪ੍ਰੋਬਲਮ ਹੁੰਦੀ ਹੈ ਤੁਹਾਨੂੰ ਸਹੀ ਨਾਲ ਲੱਗੇ ਤੇ ਚੰਗਾ ਹੁੰਦਾ ਨਾ ਕਿ ਤੁਹਾਡੇ ਵਿੱਚ ਕਿਸੇ ਬੰਦੇ ਨੂੰ ਕਨਫਿਊਜ਼ਨ ਨਾ ਹੋ ਜਾਏ ਫਿਰ ਮੈਂ ਚਲੋ ਪੜਦਾ ਮੈਨੂੰ ਸਮਝ ਲੱਗ ਜਾਂਦੀ ਹੈ ਲਫਜ਼ ਅੱਗੇ ਪਿੱਛੇ ਹੈ ਵੇ ਨਾਲ ਨਾਲ ਇਸ ਕਰੈਕਟ ਕਰਨ ਦਾ ਮਕਸਦ ਨਾ ਕਿ ਤੁਸੀਂ ਬੜੋ ਤੁਹਾਡੇ ਜੇ ਤੁਸੀਂ ਸੁਣਦੇ ਹੋ ਤੁਹਾਡੇ ਵੀ ਸਮਝ ਲੱਗੇ ਨਾ ਤੁਹਾਡੇ ਵੀ ਪੱਲੇ ਪਵੇ ਕਹਿੰਦੇ ਕਾਰੀ ਕੋ ਦੇ ਵੇ ਐਸਰੇ ਸਿਸਟਮ ਆ ਤੋਂ ਕਾਰਕੋ ਸਿਸਟਮਾਰੇ ਕਰਨੀ ਮੋਡ ਉਸ ਤਰ੍ਹਾਂ ਦਾ ਐਵਿਟਾਰੇ ਸੋਵਰਾ ਕਾਰੀਕੋ ਵੇ ਬੈਸੋ ਕੋਵਰਲੋਡ ਹੋਣ ਤੋਂ ਤੁਸੀਂ ਸੂਏ ਨਦੀ ਦੂਏ ਆਸੀ ਇੱਕ ਜਿਹੜੀ ਗੱਡੀ ਦੋ ਤਰ ਦੋ ਤੂਰੇ ਵਾਲੀ ਦਰੁਸ ਕਿਵੇਂ ਵੇ ਰਿਆ ਦੋ ਤੂਰੇ ਜਿਹੜੀ ਗੱਡੀ ਹੈ ਉਹਦੇ ਵਿੱਚ ਓਵਰਲੋਡ ਹੋਣ ਤੋਂ ਬਚਾਂਦਾ ਠੀਕ ਹੈ ਇਸ ਕਰਕੇ ਵੇ ਰੋ ਕਿਉਂਕਿ ਕਾਰੀਕੋ ਸਿਸਟਮਾਰੇ ਇਸ ਤਰ੍ਹਾਂ ਹੀ ਕਰਨਾ ਹੁੰਦਾ ਨਾ ਕਿ ਦੋ ਤੂਰੇ ਵਾਲੀ ਗੱਡੀ ਜਿਹੜੀ ਹੈ ਯਾਨੀ ਕਿ ਦੋ ਹਿੱਸੇ ਜਿਹੜੀ ਗੱਡੀ ਦੇ ਚਾਰ ਟਾਇਰ ਨੇ ਦੋ ਅਗਲੇ ਟਾਇਰ ਅਗਲਾ ਹਿੱਸਾ ਦੋ ਪਿਛਲੇ ਟਾਇਰ ਪਿਛਲਾ ਹਿੱਸਾ ਉਹਦੇ ਵਿੱਚ ਓਵਰਲੋਡ ਹੋਣ ਤੋਂ ਬਚ ਸਕੇ il carico deve essere sistemato sistemato in modo da distribuire distribuire in modo esterno in modo esterno in più uniformemente possibile se è corretto la, eh, la massa sulle strutto partenti ਜੋ ਦੇ ਤਾਚੇ ਦੇ ਮੁਤਾਬਕ ਉਹਦੇ ਸਮਾਨ ਦੇ ਅਕੋਰਡਿੰਗ ਜਿਸ ਟਾਈਪ ਦਾ ਸਮਾਨ ਹੈ ਉਹਦੇ ਅਕੋਰਡਿੰਗ ਜਿੰਨਾ ਪੋਸੀਬਲ ਹੋਵੇ ਸਮਾਨ ਯੂਨੀਫਾਰਮ ਹੋਣਾ ਚਾਹੀਦਾ ਜਿਸ ਕੇਮ ਪੇਪਰ ਆਇਆ ਉਹਦੇ ਸਟਰਕਚਰ ਦੇ ਮੁਤਾਬਕ ਕਹਿੰਦੇ ਵੇ ਜਿਹੜੀ ਚੀਜ਼ਾਂ ਨੇ ਜਿਹੜਾ ਸਮਾਨ ਹੈ ਕਹਿੰਦੇ ਵੇ ਇਕਾਰੀ ਕੋ ਦੇਵੇ ਇਸ ਰਿਸ ਇਸਤੇਮਾਲ ਕਰੋ ਇਕਾਰੀ ਕੋ ਇਸਤੇਮਾਲ ਕਰਨਾ ਚਾਹੀਦਾ ਇਨ ਮੋਦੋ ਇਸ ਤਰਾ ਦਾ ਮੇਨਟੇਨਰੇ ਬਾਸੋ ਐਲ ਬੇਰਜੈਂਟਰ ਬੇਰਜੈਂਟਰ ਇਨ ਆਲ ਜ਼ੋ ਨਹੀਂ ਹੋਣੀ ਚਾਹੀਦੀ ਹੈ ਬੇ ਵਾਰੀਜੈਂਟਰੋ ਦਾ ਮੇਨਟੇਨਰੇ ਮੇਨਟੇਨ ਕਰ ਕਰੋ ਇਨ ਬਾਸੋ ਪੋਸੀਬਲ ਹੈ ਜਿੰਨਾ ਜਿੰਨਾ ਥੱਲੇ ਪੋਸੀਬਲ ਹੈ ਦਰਸ ਕੇਮ ਵੇ ਹੋਇਆ ਹੈ Carico carico Is che... Il carico deve essere sistemato sistema in modo di da disporre i colli più pesanti sul sbalzo posteriore. Quindi pare che sbalzo posteriore. sbalzo posteriore, non è? non è Sbalzo posteriore non è, Il carico deve essere sistemato, carico deve essere sistemato in modo da mantenere il baricentro, il carico ਪਿਊ ਇਨ ਆਲਟੋ ਪੋਸੀਬਿਲੇ ਮੇਨਟੇਨ ਕਰਕੇ ਰੱਖੋ ਬਾਰੀਕਿਆਂਤਰੋ ਜਿਹੜਾ ਹੈ ਜਿੰਨਾ ਆਲਤੋ ਉੱਚਾ ਪੋਸੀਬਲ ਹੋਵੇ ਮਨਾਈਤ ਫਜ਼ੂਲ ਜੀ ਗੱਲ ਕੀਤੀ ਨੇ ਫਾਲਸ ਹੋ ਗਿਆ ਬਾਰੀਕਿਆਂਤਰੋ ਇਨ ਬਾਸ ਹੋ ਯਾਨੀ ਕਿ ਹੋਣਾ ਚਾਹੀਦਾ ਹੈ ਆਲਤੋ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਸਰਕੇ ਫਾਲਸ ਹੋ ਇਕਾਰਕੋ ਦੇਵੇ ਸਾਰੇ ਸਿਸਟਮਾਡੋ ਇਕਾਰਕੋ ਸਿਸਟਮਾਰੇ ਕਰਨੇ ਨੇ ਮੌਦੋ ਇਸ ਤਰ੍ਹਾਂ ਦਾ ਡਿਸਪੋਰੇ ਇਕੋਲੀ ਪੇਸਾਂਤੀ ਵੀ ਤੋਸੀ ਰੱਖਣੀਆਂ ਵਾਂ ਯਾਨੀ ਡਿਸਟ੍ਰੀਬਿਊਟ ਕਰਨੀਆਂ ਵਾਂ ਜਿਹੜੀਆਂ ਕੋਲੀ ਪੇਸਾਂਤੀ ਜਿਹੜੀ ਭਾਰੀ ਚੀਜ਼ਾਂ ਨੇ ਪਿਊ ਪੋਸੀਬਿਲੇ ਆਲਤੋ ਆਲਤੋ ਪੋਸੀਬਿਲੇ ਜਿੰਨਾ ਜ਼ਿਆਦਾ ਉੱਚਾ ਪੋਸੀ ਸਾਨੂੰ ਸਾਰ ਸਮੇਂ ਲੱਗੀ ਹਣੀ ਸਭ ਨੂੰ ਕਿ ਇਹ ਨਿਹਾਈਤ ਹੀ ਫਜ਼ੂਲ ਤਰੀਨ ਗੱਲ ਹੈ ਫਲਸੀਸਿਮੋ ਇਸ ਕਰਕੇ ਗਲਤ ਕਿਨ ਫਾਲਸ ਹੋਇਆ ਬਾਰੀ ਕਿੰਦਰੋ ਕੀ ਮੈਂ ਉੱਤਰ ਰਖਣਾ ਬਲਜੀ ਅਜੋਰਾ ਸੱਲਾਹ ਹੋਣਾ ਚਾਹੀਦਾ ਉਹਨਾ ਇਰਾਤਾ ਪੋਜੀਸ਼ਨਮੈਂਟ ਦਲ ਗਾਰੀਗੋ ਗੋਲ ਟ੍ਰਿਕ ਨਾ ਗਲਤ ਪੋਜੀਸ਼ਨ ਆ ਤੇ ਪੋਜੀਸ਼ਨਮੈਂਟ ਉਹਦਾ ਕਾਰੀਗੋ ਦੀ ਕੋਪੋ ਕੌਂਪਰੋਮੇਟਰੇ ਸਟੈਬਿਲਤਾ ਦੀ ਮਾਰਚੇ ਦਰ ਗੋਲੀ ਕਿਨੇ ਕੋਪੋ ਕੌਂਪਰੋਮੇਟਰੇ ਰਿਸਕ ਵੀ ਪਾਸ ਦਸ ਚਬਿਲਤਾ ਦਰ ਮਾਰਚੀਆ ਗੱਡੀ ਦੀ ਸਟੈਬਿਲਟੀ ਨੂੰ ਚੱਲਣ ਨੂੰ ਦਿਲ ਵੀ ਗੋਲੀ ਗੱਡੀ ਤੇ ਕਰੀ ਦੇ ਸਟੈਬਿਲਟੀ ਜਿਹੜੀ ਹੈ ਉਹ ਨੂੰ ਰਿਸਕ ਵੀ ਪਾ ਸਕਦਾ ਹੈ ਦਰੁਸ ਕਿੰਨੇ ਬੇਵਰ ਹੋਇਆ ਉਹਨਾਂ ਦਾ ਪੋਜੀਸ਼ਨਮੈਂਟ ਦੇ ਲਕਾਰੀ ਕੋ ਗਲਤ ਤਰੀਕੇ ਨਾਲ ਪੋਜੀਸ਼ਨਾਰੇ ਕੀਤਾ ਜਾਇ ਕਾਰੀ ਕੋ ਬਹੁਤ ਦੀ ਤਰਮੀਨਾਰੇ ਸਵਰਾਕਾਰੀ ਕੋ ਇਹ ਓਵਰਲੋਡ ਹੋ ਸਕਦਾ ਹੈ ਦਿਉਨਾ ਦੀਉਨਾ ઓ ਪੀ ਆਸੀ ਇਹ ਕਿਨ ਇੱਕ ਤੋਂ ਬਾਦ ਤੂਰੇ ਜਿਹਾ ਆਉਣ ਦਾ ਹੈ ਗਲਤ ਪੋਜੀਸ਼ਨਾਰੇ ਕੀਤਾ ਹੋਵੇ ਕਾਰੀ ਕੋ ਉਹ ਸਵਰਾਕਾਰੀ ਓਵਰਲੋਡ ਹੋ ਸਕਦਾ ਹੈ ਦਰੁਸ ਕਿੰਨੇ ਬੇਵਰ ਹੋਇਆ ਕਹਿੰਦੇ ਉਹਨਾਂ ਇਰਾਟਾ ਪੋਜੀਸ਼ਨਮੈਂਟ ਉਹ ਦੇ ਕਾਰੀਗੋ ਇੱਕ ਗਲਤ ਤਰੀਕੇ ਨਾਲ ਪੋਜੀਸ਼ਨ ਆ ਪੋਜੀਸ਼ਨਮੈਂਟ ਉਹ ਕਰਨਾ ਕਾਰੀਗੋ ਨੂੰ ਯਾਨੀ ਕਿ ਗਲਤ ਤਰੀਕੇ ਨਾਲ ਰੱਖਣਾ ਕਾਰੀਗੋ ਨੂੰ ਪੋ ਡਿਮਿਨਿਊਈਰੇ ਇਹ ਲਰੰਦੀਮੈਨ ਤੋਂ ਦੇਲ ਮੋਟਰੇ ਕਹਿੰਦੇ ਡਿਮਿਨਿਊਈ ਘਟਾ ਸਕਦਾ ਹੈ ਰੰਦੀਮੈਨ ਤੋਂ ਮੋਟਰ ਦੀ ਗਲਤ ਕਿਨ ਫਾਲਸ ਹੋਇਆ ਰੰਦੀਮੈਨ ਤੋਂ ਹੁੰਦੀ ਹੈ ਵੀ ਜਿਹਦੇ ਵਿੱਚ ਗੱਡੀ ਕੰਮ ਦੀ ਪ੍ਰੋਡਕਸ਼ਨ ਜ਼ਿਆਦਾ ਦਵੇ ਠੀਕ ਹੈ ਤੇ ਤੇਲ ਪਾਣੀ ਕੱਟ ਪਾ ਖਾਵੇ ਠੀਕ ਹੈ ਯਾਨੀ ਕਿ ਪ੍ਰੋਡਕਸ਼ਨ ਜ਼ਿਆਦਾ ਹੋਵੇ ਪ੍ਰੋਡਿਊਸ ਕਰੇ ਕੰਮ ਜ਼ਿਆਦਾ ਕਰੇ ਔਰ ਖਰਚਾ ਕਾਟੋਵੇ ਠੀਕ ਹੈ ਅਲੂਦਗੀ ਕੱਟਵੇ ਚੀਜ਼ਾਂ ਰਹਿੰਦੇ ਮੈਂ ਤੋ ਤੇ ਕਨੇ ਬੇ ਰਾਤ ਉਹਨਾਂ ਦੇ ਰਾਤ ਪੋਜੀਸ਼ਨ ਅਧਿਕਾਰੀ ਪੋਜੀਸ਼ਨ ਅਧਿਕਾਰੀ ਕੋ ਕਨੇ ਗਲਤ ਤਰੀਕੇ ਨਾਲ ਤੁਸੀਂ ਰੱਖਿਆ ਲੱਦਿਆ ਹੋਵੇ ਕਰੀ ਕੋ ਉਹਦੀ ਮਿਨਿਊਰ ਰਹਿੰਦੇ ਮੈਂ ਤੋ ਦਿਮਿਨਿਊਰ ਘਟਾਏਗਾ ਥੋੜੀ ਯਾਰ ਗਲਤ ਲੱਦਿਆ ਹੋਵੇ ਮੰਨ ਲਓ ਤੁਸੀਂ ਉਹ ਚਲਾ ਦਿੰਦੇ ਉਹਦੇ ਨਾਲ ਤਾਂ ਫਿਰ ਤੁਸੀਂ ਰੈਂਡੀਮੈਂਟ ਉਹ ਜਿਹੜੀ ਹੈ ਕਨੇ ਪੋਦੇ ਮਨੂਰੇ ਦਾ ਰੇਂਦੀ ਮੈਤੋਂ ਦਲਮ ਤੋੜੇ ਕਨੇ ਰੇਂਦੀ ਮੈਤੋਂ ਘਟੇਗੀ ਰੇਂਦੀ ਮੈਤੋਂ ਘਟੇਗੀ ਨਹੀਂ ਐ ਵੀ ਸੂਰਤ ਵਿੱਚ ਰੇਂਦੀ ਮੈਨਤੋ ਜਿਹੜੀ ਹੈ ਬੇ ਇਨਫੈਕਟ ਨਹੀਂ ਕਰਦੀ ਇਹਦਾ ਇਹਦਾ ਇਹਦੇ ਨਾਲ ਬੇਸਿਕਲੀ ਕੋਈ ਤਲਕ ਹੀ ਨਹੀਂ ਐ ਵੀ ਠੀਕ ਹੈ ਜੇ ਗਲਤ ਤੁਸੀਂ ਪੋਜੀਸ਼ਨ ਆਰ ਕਰਦੇ ਹੋ ਕਾਰੀ ਕੋ ਠੀਕ ਹੈ ਗਲਤ ਪੋਜੀਸ਼ਨ ਆਰ ਕਰੀ ਕੋ ਅਸੀਂ ਸਮਝ ਲਵੀਏ ਪਹਿਲੇ ਕਿਹੜੀ ਕਿਹੜੀ ਚੀਜ਼ਾਂ ਤੋਂ ਹੁੰਦਾ ਨਾ ਠੀਕ ਹੈ ਅਸੀਂ ਅਗਲੇ ਵਿੱਚ ਲੱਗ ਗਿਆਂ ਲੇਕਿਨ ਅਸੀਂ ਦੇਖਿਆ ਨਹੀਂ ਹੈ ਕਿਹੜੀ ਕਿਹੜੀ ਪੋਜੀਸ਼ਨ ਵਿੱਚ ਗਲਤ ਪੋਜੀਸ਼ਨ ਆਰ ਕਰੀ ਕਰੋ ਕਰੋ ਤਾਂ ਕੀ ਕੀ ਪ੍ਰੋਬਲਮ ਹੋ ਸਕਦੀ ਹੈ ਬੇਸਿਕਲੀ ਜੇ ਉਹਨਾ ਕਾਰੀ ਕੋ ਮਾਲ ਸਿਸਟਮਾ ਤੋਂ ਜੇ ਗਲਤ ਤਰੀਕੇ ਨਾਲ ਤੁਸੀਂ ਇਸਤੇਮਾਰ ਕੀਤਾ ਹੋਵੇ ਕਾਰੀ ਕੋ ਮਾਲ ਕੇ ਇਨ ਕਾਰੀ ਕੋ ਸਿਸਟਮਾ ਤੋਂ ਮਾਲ ਪੋ ਕਿਨੇ ਸਿਸਟਮਾਰੇ ਕਰਨਾ ਗਲਤ ਤਰੀਕੇ ਨਾਲ ਕਾਰੀ ਕੋ ਵਜ੍ਹਾ ਮਾਰਸਿਦਾ ਇਨ ਫਿਉਰੇ ਸੂਲ ਸਟੈਬਿਲਿਤਾ ਇਨ ਫਿਉਰੇ ਅਹੀਂ ਪਰ ਬਾਵੀ ਤਸਰ ਅੰਦਾਜ਼ ਕਰਦਾ ਹੈ ਸੂਲ ਸਟੈਬਿਲਿਤਾ ਦੇ ਮਾਰਚੀਆ ਗੜੀ ਦੇ ਚਲਣ ਨੂੰ ਇਸ ਬਲੈਂਚੀਅਰ ਇਸ ਜ਼ਬਲੈਂਚੀਅਰ ਯਾਨੀ ਕਿ ਅਨਬੈਲੈਂਸ ਕਰਦੇ ਦਰ ਇਹ ਵੀ ਕੋਲੀ ਗੱਡੀ ਨੂੰ ਠੀਕ ਹੈ ਜੀ ਯਾਨੀ ਗੱਡੀ ਦੀ ਸਟੈਬਿਲਟੀ ਨੂੰ ਜ਼ਰੀ ਕਲਰ ਐਸ ਗੱਡੀ ਨੂੰ ਅਨਬੈਲੈਂਸ ਕਰੇਗਾ ਦਰਸ ਕੈਨ ਬੀ ਵੇਰ ਹੋਇਆ ਯਾਨੀ ਕਿ ਇੱਕ ਕੁਐਸਚਨ ਵਿੱਚ ਆਵੇਗਾ ਤਾਂ ਵੇਰ ਹੋਵੇਗਾ ਉਸ ਤੋਂ ਬਾਅਦ ਦੂਸਰੇ ਪੁਆਇੰਟ ਹੈਗਾ ਜੀ ਜਿਹੜਾ ਗਲਤ ਤਰੀਕੇ ਨਾਲ ਤੁਸੀਂ ਸਮਾਨ ਲੱਦੇ ਹੋ ਤੇ ਇੱਕ ਔਜ਼ਾਰ ਹੈ ਲਾ ਕਦੂ ਤਾਂ ਵਜਾ ਬਣ ਸਕਦਾ ਡਿਗਣ ਦੀ ਇਦਾਂ ਨਹੀਂ ਕਿ ਮੈਂ ਤੋਂ ਲਾ ਮਾਰਸੀ ਔਰ ਨੁਕਸਾਨ ਹੋਣਾ ਸਮਾਨ ਨੂੰ ਵੀ ਵਜਾ ਬਣ ਸਕਦਾ ਤੀਸਰੇ ਨੰਬਰ ਤੇ ਹੈ ਇੱਕ ਔਜ਼ਾਰ ਹੈ ਫਰੇਨਾਰੇ ਸਕਿਲੀਬ੍ਰਾਟੋ ਐ ਪਰਿਕਲੋ ਕਨੈ ਸਕੋzare ਵਜ੍ਹਾ ਬਣ ਸਕਦੇ ਫ੍ਰੇਨਾ ਫ੍ਰੇਨਾ ਤੇ ਬ੍ਰੇਕਾਂ ਜਿਹੜੀਆਂ ਨੇ ਸਕਿਲੀਬ੍ਰਾਟੋ ਸਕਿਲੀਬ੍ਰਾਟੋ ਹੀਪੇਰਿਕਲੋਸੋ ਖਤਰਨਾਕ ਹੱਦ ਤੱਕ ਅਨ ਬੈਲੈਂਸ ਬ੍ਰੇਕਾਂ ਹੋ ਸਕਦੀਆਂ ਨੇ ਸਕਿਲੀਬ੍ਰਾਟੋ ਨਹੀਂ ਇਨਕੇ ਮੰਨ ਲਓ ਅਨ ਬੈਲੈਂਸ ਬ੍ਰੇਕ ਆਉਣੀ ਜਿਹਨੇ ਕਿ ਮੰਨ ਲਓ ਸੱਜੀ ਸਾਈਡ ਦੀ ਬ੍ਰੇਕ ਲੱਗਦੀ ਨਹੀਂ ਹੈ ਖੱਬੀ ਸਾਈਡ ਦੀ ਸਿਰਫ ਲੱਗਦੀ ਹੋਵੇ ਜਾਂ ਸੱਜੀ ਸਾਈਡ ਦੀ ਘੱਟ ਲੱਗਦੀ ਹੋਵੇ ਖੱਬੀ ਸਾਈਡ ਦੀ ਵੱਧ ਲੱਗਦੀ ਹੋਵੇ ਠੀਕ ਹੈ ਉਹਨੂੰ ਅਨ ਬੈਲੈਂਸ ਵੀ ਕਹਿੰਦੇ ਨੇ ਤੇ ਅੱਗੇ ਕਹਿੰਦੇ ਨੇ ਵੀ ਦਾਨ ਨਹੀਂ ਗਿਆ ਦਾਨ 11 ਲਿਆਸੀ ਔਰ ਜਿਹੜੀ ਗੱਡੀ ਦੇ ਆਸੀ ਨੇ ਗੱਡੀ ਦੇ ਤੂਰੇ ਨੇ ਗੱਡੀ ਦਾ ਹਿੱਸਾ ਜਿਹੜਾ ਉਹਨੂੰ ਨੁਕਸਾਨ ਹੋਣਾ ਦਾਨ 11 ਫ੍ਰੇ ਨਹੀਂ ਬ੍ਰੇਕਰ ਨੁਕਸਾਨ ਹੋਣਾ ਸਸਪੈਂਸ਼ਨਿਓ ਨੇ ਮੋਰਜ਼ਟਟਰੀ ਜਿਹੜੀ ਗੱਡੀ ਦੇ ਸ਼ੌਕਰ ਨੇ ਜਿਹੜੀ ਗੱਡੀ ਦੇ ਐਕਸਲ ਵਗੈਰਾ ਨੇ ਸ਼ਾਕ ਨੇ ਗੱਡੀ ਦੇ ਉਹਨਾਂ ਨੂੰ ਨੁਕਸਾਨ ਹੋਣਾ ਪਣੀ ਮਾਚੀ ਔਰ ਟੈਰਨ ਨੁਕਸਾਨ ਹੋਣਾ ਇਹ ਸਾਰੇ ਵਜੂਹਾਂਤ ਨੇ ਜਿਹੜੇ ਕਿ ਬਣ ਸਕਦੀਆਂ ਨੇ ਉਹ ਰਾਤ ਅਪੋਜੀਸ਼ਨ ਦਿਲਕ ਕਾਰੀ ਕੋ ਇਹ ਗਲਤ ਤਰੀਕਾ ਨਾਲ ਪੋਜੀਸ਼ਨ ਆਰ ਕਰਨਾ ਕਾਰੀ ਕੋ ਉਨਾ ਰਹਾ ਤਾ ਪੋਜੀਸ਼ਨ ਦੇ ਲਕਾਰੀ ਕੋ ਪੋ ਡਿਮਿਨੂਏਰੈਲ ਰੇਂਦਿਮੈਂਟੋ ਦੇ ਵਿਗਨੋ ਤੇ ਕਨੇ ਡਿਮਿਨੂਏਰ ਕਰ ਸਕਦੀ ਹੈ ਰੇਂਦਿਮੈਂਟ ਮਹੰਤਦ ਦੇ ਮੋਟੋਰੀ ਰੇਂਦਿਮੈਂਟੋ ਦਲ ਮੋਟੋਰੀ ਦਲ ਨਾਕੁਟਲਕ ਹੈ ਨਹੀਂ ਇਸ ਕਰਕੇ ਫਾਲਸੋ ਉਨਾ ਰਹਾ ਤਾ ਪੋਜੀਸ਼ਨ ਪੋਜੀਸ਼ਨਮੈਂਟ ਦੇ ਲਕਾਰੀ ਕੋ ਗਲਤੀ ਕਿਨ ਪੋਜੀਸ਼ਨਾਰ ਕਰਨਾ ਕਰਨਾ ਕਾਰੀ ਨੋਨ ਇੰਜੀਨ ਨਹੀਂ ਹੈ ਸਰੰਦਾਜ਼ ਪ੍ਰਭਾਵਿਤ ਕਰਦਾ ਸੂਲ ਸਟੈਬਿਲਤਾ ਦਲ ਮਾਰਚੀਆ ਦਲ ਵਿਕੋਲੀ ਕਨੇ ਅਸਰੰਦਾਜ਼ ਜਾਂ ਪ੍ਰਭਾਵਿਤ ਨਹੀਂ ਕਰਦਾ ਗੱਡੀ ਦੀ ਸਟੈਬਿਲਟੀ ਨੂੰ ਚੱਲਣ ਦੇ ਦੌਰਾਨ ਨਿਹਾਇਤ ਫਜ਼ੂਲ ਤਰੀਕ ਗੱਲ ਕਿਤੇ ਨਹੀਂ ਕਿਉਂ ਨਹੀਂ ਕਰਦਾ ਹੈ ਵੀ most important hai is randat par prabhavit karega is karke false hai kehne be una red de sistemaciones del cargo gal tri ke na sistematare karna cargo jehda hai gaddi da saman po evere conseguenza or den dije vich sula stabiltad del marcia di un atto karo kehne iden dije vich stability jehdi hai chalnan di ik truck di e risk vi pa sakdi hai बिल्कुल दूर स्क्रीन पे वेर होया अभी ओके जी थोड़ी दूर असली आ गया और कह दे ने पे? ਦੋ ਕੁਐਸਚਨ ਜੁੜੇ ਹੋਏ ਸਨ ਇਕੱਠੇ ਦੁਬਾਰਾ ਪੜਨੇ ਪਹਿਲੇ ਕੁਐਸਚਨ ਇਹਨਾਂ ਆ ਰਿਹਾ ਤੇ ਇਸ ਤਮਾਸ਼ੀ ਨੂੰ ਇਹ ਗਲਤ ਤਰੀਕੇ ਨਾਲ ਇਸ ਤਮਾਰੇ ਕਰਨਾ ਇੱਕ ਅਦਲਕਾਰੀ ਗਵਾਰੀ ਕੋ ਨੂੰ ਪੋ ਆਵਰੇ ਕੌਨਸੀਗੁਐਂઝા ਏਡੈਂਡੀ ਜੀ ਵਿੱਚ ਸੋਲ ਸਟੈਬਿਲਿਟੀ ਦੇ ਮਾਰਚੀਆ ਡਿਓਨਾਟੋਕਾਰੋ ਏਡੈਂਡੀ ਜੀ ਵਿੱਚ ਰਿਸਕ ਵਿੱਚ ਬੈਸ ਸਕਦੀ ਹੈ ਸਟੈਬਿਲਿਟੀ ਜਿਹੜੀ ਹੈ ਸਮਾਨ ਦੀ ਸਟੇਬਲ ਹੋਣਾ ਸਮਾਨ ਰਿਸਕ ਵਿੱਚ ਪੇਰ ਰਹਾ ਗਲਤ ਤਰੀਕੇ ਨਾਲ ਦੇ ਆਵੇਗਾ ਤੇ ਹਰੀ ਗੱਲ ਹੈ ਸਟੈਬਿਲਿਟੀ ਮੰਨ ਲਓ ਤੁਸੀਂ ਸੱਜੇ ਬੰਨੇ ਸਾਰਾ ਰਵਾ ਦਿੰਦੇ ਹੋ ਸਟੈਬਿਲਿਟੀ ਵੀ ਤੇ ਕੀ ਖਿਆਲ ਹੈ ਸਟੈਬਿਲਿਟੀ ਵਿੱਚ ਫਰਕ ਪੋਵੇਗਾ ਮੰਨ ਲਓ ਸੱਜ ਤੇ ਸਪ੍ਰਿੰਗਦਰੋਸਕ ਕੋਲ ਜੀ ਸੀ ਬਲਿਬਰਾਟੋਪਿਕ ਹੈ ਕਿਉਂਕਿ ਜਦ ਜੰਨੇ ਬੱਧਿਆ ਸੱਜੇ ਬਸ ਸੱਜੇ ਵਾਲੀ ਬ੍ਰੇਕਾਂ ਜ਼ਿਆਦਾ ਵੱਜਣਗੀਆਂ ਜਿੱਧਰ ਭਾਰ ਹੁੰਦਾ ਜ਼ਿਆਦਾ ਵੱਜਣੀ ਜਿੱਧਰ ਭਾਰ ਨਾ ਆਵੇ ਕੱਟ ਵੱਜਣਗੀਆਂ ਠੀਕ ਹੈ ਇਹਨਾਂ ਦਾ ਘੱਟ ਸਰ ਹੋ ਗਿਆ ਜ਼ੈਰੀ ਗੱਲ ਹੈ ਫਿਰ ਇਸ ਕੁਲੀਬਰਾਤੋ ਹੋ ਸਕਦੀਆਂ ਬ੍ਰੇਕਾਂ ਸਟੈਬਿਲਟੀ ਜਿਹੜੀ ਹੈ ਵਿਗੜੇਗੀ ਆਤੋਕਾਰੇ ਟ੍ਰੈਕ ਦੀ ਉਹਨਾਂ ਔਰਾਤ ਸਿਸਟਮਾਸ਼ਨ ਦੇ ਦਲਕਾਰੀ ਕੋ ਇੱਕ ਗਲਤ ਤਰੀਕੇ ਨਾਲ ਸਿਸਟਮਾਰ ਨਿਕਾਨਕਾਰੀ ਕੋ ਪੋਜ਼ਬਿਲੈਂਜਿਆਰੇ ਇਲ ਇਬੀ ਕੋ ਲੋ ਐਸ ਇਸ ਸਿਵਲੈਂਚਰੀ ਯਾਨਕਿ ਅਨ ਬੈਲੈਂਸ ਹੋ ਸਕਦੀ ਹੈ ਗੱਡੀ ਦਰੁਸ਼ ਕੈਂਪੇ ਰਹਾ ਹੈ ਮੰਨ ਲਓ ਤੁਸੀਂ ਸੱਜੇ ਪਾਸੇ ਲਾਦ ਦੇਂਦੇ ਹੋ ਸਮਾਨ ਖੱਬੀ ਸਾਈਡ ਤੋਂ ਖੱਜੇ ਸਾਈਡ ਤੋਂ ਫੀਸੀ ਰੋਵੇਗੀ ਸੱਜੇ ਖੱਬੀ ਸਾਈਡ ਤੋਂ ਗੱਡੀ ਦਾ ਬ੍ਰੇਕ ਵੀਲ ਲੱਭਣੀ ਲਗਣੀ ਹੈਵੀ ਪ੍ਰੋਪਰ ਜਿੱਧਰ ਵਜ਼ਨ ਜ਼ਿਆਦਾ ਹੋਏਗਾ ਉਧਰ ਬ੍ਰੇਕ ਵੀ ਜ਼ਿਆਦਾ ਲਗਣੀ ਹੈ ਤੇ ਅਨ ਸਟੇਬਲ ਗੱਡੀ ਰੋਵੇਗੀ ਔਰ ਮੋੜਾਂ ਤੇ ਵੀ ਖਤਰਨਾਕ ਹੋਵੇਗੀ ਉਹਨਾਂ ਰਾਟਾ ਸਿਸਟਮਾਸ਼ਨ ਦਲ ਗਾਰੀ ਕੋ ਗਲਤ ਤਰੀਕੇ ਨਾਲ ਇਸਤੇਮਾਲ ਕਰਨਾ ਕਾਰਨ ਕੋ ਪੋ ਕੌਜ਼ਾਰੇ ਦੀ ਲਕਾਦੂਤਾ ਡਿੱਗਣ ਦੀ ਵਜ੍ਹਾ ਬਣ ਸਕਦਾ ਹੈ ਦੀ ਦਰੁਸ਼ ਕੈਂਪੇ ਰ ਦੇਖ ਵੀ ਸਕਦਾ ਹੈ ਉਹਨਾਂ ਐਰਾਟਸਿਸਟਮਾਸ਼ਨ ਦੇ ਲਕਾਰਿਕੋ ਜਿਵੇਂ ਅਸੀਂ ਫੋਟੋ ਵਿੱਚ ਪੜ੍ਹੀ ਹਾਂ ਉਸਨੇ ਉਹੀ ਤਕਰੀਬਨ ਚੀਜ਼ਾਂ ਇੱਥੇ ਆਉਣੀਆਂ ਸਾਰੀਆਂ ਵੇਰੋ ਵਾਲਿਆਂ 'ਚ ਫਾਲਸ ਵਾਲਿਆਂ ਵਿੱਚ ਬਦਨ ਕੀ ਕੀ ਹੋਵੇਗਾ ਕਹਿੰਦੇ ਉਹਨਾਂ ਐਰਾਟਸਿਸਟਮਾਸ਼ਨ ਦੇ ਲਕਾਰਿਕੋ ਗਲਤ ਤਰੀਕੇ ਨਾਲ ਇਸਤੇਮਾਰ ਜਾਂ ਨਕਾਰਿਕੋ ਪੋਪਰ ਹੋਵੇ ਕਾਰੇ ਵਜ੍ਹਾ ਮਨਸਦੇ ਉਹਨਾਂ ਫਰੇਨਾਤਾ ਚੁਬਲੀਬਰਾਤਾ ਬ੍ਰੇਕਾਂ ਜਿਹੜੀਆਂ ਨੇ ਅਨਬੈਲੈਂਸ ਹੋਣਾ ਇਸ ਦੇ ਦੂਜੇ ਕਨ ਬੇ ਵੇਰੋ ਆ ਬ੍ਰੇਕਾਂ ਅਨਬੈਲੈਂਸ ਹੋਣ ਦਾ ਵੀ ਵਜ੍ਹਾ ਬਣ ਸਕਦਾ ਹੈ ਇਸ ਕਰਕੇ ਵੀ ਵੇਰੋ ਸਕੇ ਲੋਟਾ ਨਿੰਝ ਵੀ ਐਕਸਰ ਦੇ ਬ੍ਰੇਕ ਜਿੱਦੜ ਬਾਜ਼ਾ ਨਾ ਹੋਵੇਗਾ ਉਧਰ ਬ੍ਰੇਕ ਲੱਗਦੀ ਵੀ ਦੂਜੇ ਦੂਜੀ ਛੜ ਦੇ ਬ੍ਰੇਕ ਉਨੀ ਜ਼ੋਰ ਦੀ ਨਾ ਲੱਗੇ ਇਹ ਉਹਨਾਂ ਇਰਾਤੇ ਸਿਸਟਮਸ਼ਨ ਦਾ ਗਾਰੀ ਕੋ ਗਲਤਰੀਕ ਨਾ ਸਿਸਟਮਰਨੇ ਕਰਨਾ ਕਰੀ ਕੋ ਉਹ ਦਲੀ ਗੋਲੀ ਗੱਡੀ ਦਾ ਪਹ ਪ੍ਰਵੇ ਕਾਰਨੇ ਵਜਾ ਮਨਸ ਕੀਦੇ ਦਾ ਨੁਕਸਾਨ ਹੋਈ ਦੀ ਆਲਾ ਇੰਪੀਅਨ ਤੇ ਇਲੈਕਟ੍ਰਿਕੋ ਦੇ ਵੀ ਗੋਲੀ ਜਿਹੜਾ ਇੰਪੀਅਨ ਤੇ ਇਲੈਕਟ੍ਰਿਕੋ ਹੈ ਜਿਹੜਾ ਗੱਡੀ ਦਾ ਜਿਹੜਾ ਅ ਇੰਪੀਅਨ ਤੇ ਇਲੈਕਟ੍ਰਿਕੋ ਹੋਵੇਗਾ ਕਹਿੰਦੇ ਪੇ ਜਿਹੜਾ ਗੱਡੀ ਦਾ ਉਹਨੂੰ ਨੁਕਸਾਨ ਉਦੀ ਵਜਾ ਬਣਸਦੀ ਹੈ ਇੰਪੀਆ ਤੇ ਇਲੈਕਟ੍ਰਿਕੋ ਜਿਹੜੀ ਬਿਜਲੀ ਨਾਲ ਰਿਲੇਟਡ ਸਿਸਟਮ ਹੈ ਉਹਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ ਗਲਤ ਤਰੀਕੇ ਨਾਲ ਸਿਸਟਮਾਰੇ ਕਰਨਾ ਸਮਾਨ ਗਲਤ ਇਨਫਾਲਸ ਹੋਇਆ ਇਹ ਰਾਤਾ ਸਿਸਟਮਾਸ਼ਨ ਦਰਗਾਹੀ ਕੋ ਗਲਤ ਤਰੀਕੇ ਨਾਲ ਸਿਸਟਮਾਰੇ ਕਰਨਾ ਕਰੀ ਕੋ ਜਿਹੜਾ ਹੈ ਗੱਡੀ ਦਾ ਸਮਾਨ ਪੋਕਰੋ ਪ੍ਰੋ ਵਿਕਾਰ ਨੇ ਮਲਫੰਕਸ਼ਨਮੈਂਟ ਦਲਾ ਕਰੋਨੋ ਟਾਕੋਗਰਾਫੋ ਕਰੋਨੋ ਟਾਕੋਗਰਾਫ ਦਾ ਵੀ ਇਦਨ ਕੋਈ ਤਲਕ ਨਹੀਂ ਹੈ ਵੀ ਗਲਤ ਇਨਫਾਲਸ ਹੋਇਆ ਉਹਨਾਂ ਰਾਤਾ ਸਿਸਟਮਾਸ਼ਨ ਦਰਗਾਹੀ ਕੋ ਗਲਤ ਤਰੀਕੇ ਨਾਲ ਸਿਸਟਮਾਰੇ ਕਰਨਾ ਕਰੀ ਕੋ ਸੈਂਸਯੂਨਾ ਸੈਂਸ਼ਨਾਤਾ ਕੋਨ ਸਕਵੇਸਟਰੋ ਦੇ ਸੋਤ ਸਕਵੇਸਟਰ ਉਹਨਾਂ ਗੱਡੀ ਜ਼ਬਤ ਕਰ ਲੈਣੇ ਤੇ ਵੀ ਗੋਲੀ ਦੇਖੋ ਜੀ ਸੋਤ ਸਕਵੇਸਟਰ ਨਹੀਂ ਜਾਏਗੀ ਇਹ ਠੀਕ ਹੈ ਗਲਤ ਕਿ ਨਫਾਲਸ ਹੋਇਆ ਇਸ ਕਰਕੇ ਇਹ ਗਲਤ ਤਰੀਕੇ ਨਾਲ ਤੁਸੀਂ ਗੱਡੀ ਸਬੰਧ ਡਿਸਟਰੀਬਿਊਟ ਕੀਤਾ ਆ ਇਸ ਤਰੀਕੇ ਨਾਲ ਲੱਧਿਆ ਨਹੀਂ ਆ ਜੇ ਤੁਹਾਨੂੰ ਫੜਦੇ ਨੇ ਦੇਖਦੇ ਨੇ ਤਾਂ ਉਹ ਤੁਹਾਨੂੰ ਮੈਕਸਿਮਮ ਕੋ ਉਹ ਮੂਲ ਦਾ ਹਿਸਾਬ ਕਰ ਸਕਦੇ ਨੇ ਠੀਕ ਹੈ ਜੇ ਨੁਕਸਾਨ ਹੋਵੇਗਾ ਤਾਂ ਉਸ ਦੀ ਤੁਹਾਡੇ ਜੇ ਕੋਈ ਮੰਨ ਲਓ ਐਕਸੀਡੈਂਟ ਵਗੈਰਾ ਹੋ ਜਾਂਦੀ ਇਸ ਵਿਜਨਲ ਨੁਕਸਾਨ ਹੁੰਦਾ ਹੈ ਸਮਾਨ ਰੋਡ ਤੇ ਲਿਖਦਾ ਉਹ ਸੁਰਦ ਵਿੱਚ ਤੁਹਾਨੂੰ ਥੋੜਾ ਗਰਾਹ ਹੋ ਸਕਦਾ ਅਦਰਵਾਈਜ਼ ਸੁੱਤ ਉਸ ਕੋਈ ਸਤਰ ਨਹੀਂ ਜਾਣ ਲੱਗੀ ਹੈ ਵੀ ਠੀਕ ਹੈ ਸਰਕੇ ਇਹ ਵੀ ਫਾਲਸੋ